ਇਹ ਪਰ ਲੁੱਦਰ ਦੀ ਰੇਡ ਪੈ ਰਹੀ ਹੈ ਉਧਰ ਜੰਮੇ ਵਰਗੇ ਪੱਪੂ ਵਰਗੇ ਸੋਣ ਵਰਗੇ ਵੱਡੇ ਮਾਲਾ ਕਹਿੰਦੇ ਮੰਗੀ ਵਰਗੇ ਲੋਰ ਕਿ ਜੱਟ ਦੀ ਕਲਿੱਪ ਵੀ ਨਿਊਜ ਬਣਦੀ ਹੁਣ ਨਿਊਜ ਬਣੇਗੀ ਬਣੇਗੀ ਜੱਟ ਦੀ ਕਲਿੱਪ ਵੀ ਨਿਊਜ ਬਣਦੀ ਸਤਿ ਸ਼੍ਰੀ ਅਕਾਲ ਦੋਸਤੋ ਅੱਜ ਅਸੀਂ ਤੁਹਾਡੇ ਲਈ ਲੈ ਕੇ ਆਏ ਇੱਕ ਬੈਸਟ ਮੈਚ ਪਰ ਉਸ ਤੋਂ ਪਹਿਲਾਂ ਤੁਹਾਨੂੰ ਰਿਕੁਐਸਟ ਹੈ ਕਿ ਜੇਕਰ ਤੁਸੀਂ ਸਾਡੇ ਯੂਟਿਊਬ ਦੇ ਇਸ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤਾਂ ਇਸ ਲਾਲ ਬਟਨ 'ਤੇ ਕਲਿੱਕ ਕਰਕੇ ਸਾਡੇ ਇਸ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਨਾਲ ਹੀ ਆਉਣ ਵਾਲੇ ਘੰਟੀ ਦੇ ਬਟਨ 'ਤੇ ਵੀ ਕਲਿੱਕ ਜ਼ਰੂਰ ਕਰਨਾ ਤਾਂ ਕਿ ਅੱਗੇ ਆਉਣ ਵਾਲੀਆਂ ਸਾਰੀਆਂ ਵੀਡੀਓਜ਼ ਤੁਹਾਨੂੰ ਸਭ ਤੋਂ ਪਹਿਲਾਂ ਮਿਲ ਸਕਣ ਨਾਲ ਹੀ ਤੁਹਾਨੂੰ ਰਿਕੁਐਸਟ ਹੈ ਕਿ ਸਾਡੀ ਇਸ ਵੀਡੀਓ ਨੂੰ ਸ਼ੇਅਰ ਔਰ ਲਾਈਕ ਜ਼ਰੂਰ ਕਰਨਾ ਇੰਜੋਏ ਕਰੋ ਅੱਜ ਦਾ ਇਹ ਬੈਸਟ ਮੈਚ ਲੈ ਵੀ ਲੁੱਦਰ ਹੈ ਪਾਣੀ ਪੂਣੀ ਪੀ ਲਾ ਦੇ ਮੈਚ ਸ਼ੁਰੂ ਹੋਣ ਲੱਗਿਆ ਲੈ ਵੀ ਆਪਣੇ ਆਏ ਪਾਓ ਕਬੱਡੀ ਮੁੰਡੇ ਦੀ ਲਓ ਕਹਿੰਦੇ ਸੰਦੀਪ ਆ ਗਿਆ ਸੰਦੀਪ ਆ ਗਿਆ ਕਿ ਨਾ ਸੰਦੀਪ ਕਬੱਡੀ ਵਿੱਚ ਲੱਗੇ ਹਰਜੀਤ ਅੰਦਰ ਮੈਦਾਨੀ ਜਿਹੜਾ ਧੋੜਾ ਪੱਟਦਾ ਫੇਰ ਕੇ ਕਬੱਡੀ ਪਾਉਂਦਾ ਪਿੰਡ ਦਿੜਬਾ ਹੈ ਜੱਟ ਦਾ ਪਿੰਡ ਦਿੜਬਾ ਹੈ ਜੱਟ ਦਾ ਬਾਬੂ ਕਰੀ ਵਾਲੇ ਦਾ ਸਰਦੂਲਗੜ੍ਹ ਦਾ ਇਲਾਕਾ ਲਓ ਸਾਹਮਣੇ ਲੁੱਦਰ 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 ਮੇਰੇ ਵੀਰੋ ਇੱਕ ਥਾਂ ਅਮਰੀਕ ਲੁੱਦਰ ਨੂੰ ਜੱਫਾ ਲੱਗਿਆ ਤੇ ਤੂੰ ਆਖਿਆ ਵੀ ਟਰੱਕ ਮੋਦਾ ਮਾਰ ਲਿਆ ਇਹ ਤਾਂ ਰਸ਼ੀਅਨ ਦਾ ਟੈਂਕੀ ਲੱਗਦਾ ਇਹ ਤਾਂ ਰਸ਼ੀਅਨ ਦਾ ਟੈਂਕੀ ਲੱਗਦਾ ਮੇਰੇ ਵੀਰੋ ਔਰ ਸਾਹਮਣੇ ਇਸ ਵੇਲੇ ਕਬੱਡੀ ਕਹਿੰਦੇ ਸੀਚੇ ਵਾਲੀਏ ਦੀ ਗੱਲ ਅਮਰੀਕ ਕਰ ਰਿਹਾ ਮੇਰੇ ਵੀਰੋ ਕਹਿੰਦੇ ਮਨਜਿੰਦਰ ਕਬੱਡੀ ਪਾ ਰਿਹਾ ਇੱਧਰ ਕਹਿੰਦੇ ਚਾਰ ਜਾਸੀ ਦੇ ਸਾਹਮਣੇ ਕਹਿੰਦੇ ਭੀਸ਼ਾ ਪਰ ਨੰਬਰ ਕਹਿੰਦੇ ਰੇਡਰ ਦੇ ਹਿੱਸੇ ਜੁੜਦਾ ਹੋਇਆ ਸੀਚੀ ਵਾਲੀ ਆ ਮਨਜਿੰਦਰ ਹੈ ਪਹਿਲਾਂ ਡੈਕਰ ਸਫਾਰੀ ਦੇ ਮਗਰ ਮੋਟਾ ਕਰਕੇ ਸੀਚੇ ਵਾਲੀਆ ਲਿਖਿਆ ਹੁੰਦਾ ਸੀਗਾ ਫਿਰ ਕਹਿੰਦਾ ਡੈਕਰ ਵੇਚਤੀ ਸਵਿਫਟ ਨਾਲ ਦਾ ਨਜ਼ਾਰਾ ਨਹੀਂ ਹੁਣ ਸਵਿਫਟ ਦੇ ਮਗਰਲੇ ਪਾਸੇ ਲਿਖਿਆ ਹੈ ਵੀ ਸੀਚੇ ਵਾਲੀ ਹੈ ਇੱਧਰ ਕਹਿੰਦੇ ਮਾਲਵਾ ਐਕਸਪ੍ਰੈਸ ਦੇ ਤੌਰ ਤੇ ਜਾਣਿਆ ਜਾਂਦਾ ਹੈ ਇਹ ਹੈ ਕਹਿੰਦੇ ਸੁਖਵੀਰ ਸਰਾਵਾਂ ਵਾਲਾ ਆਓ ਦੇਖੋ ਕੌਡੀ ਪਾਉਂਦਾ ਸਰਾਵਾਂ ਦਾ ਸੁਖਵੀਰ ਜਿਹੜੇ ਸੁਖਵੀਰ ਦੀ ਖੇਡ ਨੂੰ ਪਿਆਰ ਕਰਦੇ ਇੱਕ ਵਾਰੀ ਤਾੜੀਆਂ ਜ਼ੋਰਦਾਰ ਮਾਰ ਦਿਓ ਤਿੰਨ ਵਰਲਡ ਕੱਪ ਖੇਡਿਆ ਨੌਜਵਾਨ ਆਹ ਮੁੰਡੇ ਦੀ ਇਹ ਸੀਜ਼ਨ ਦੇ ਵਿੱਚ ਬੜੀ ਚਰਚਾ ਹੈ ਮੇਰੇ ਵੀਰੋ ਮਨਜੀਤ ਸਿੰਘ ਖੋਖਰ ਫੌਜੀਆਂ ਵਾਲੇ ਦਾ ਚੰਡਿਆ ਹੋਇਆ ਖਿਡਾਰੀ ਮੇਰੇ ਵੀਰੋ ਇਸ ਲਈ ਪੁਆਇੰਟ ਜਿਹੜਾ ਰੇਡਰ ਦਾ ਹੈ ਕਲੀ ਵਾਲੇ ਵੀਰ ਨੂੰ ਮੈਂ ਪਹਿਲੇ ਵੀ ਬੇਨਤੀ ਕੀਤੀ ਹੈ ਕਲੀ ਜ਼ਰੂਰ ਪਵਾ ਦਿੱਤੀ ਜਾਵੇ ਮੈਂ ਪ੍ਰਬੰਧਕਾਂ ਨੂੰ ਫਿਰ ਤੋਂ ਬੇਨਤੀ ਕਰਦਾ ਕਲੀ ਜ਼ਰੂਰ ਪਾ ਦਿੱਤੀ ਜਾਵੇ ਆ ਹੈ ਗੁਰੀ ਧਲੇਰ ਪਿੰਡ ਵਾਲਾ ਲੈ ਵੀ ਅਮਰੀਕਾ ਗੱਲ ਗੁਰੀ ਦੀ ਲਓ ਗੁਰੀ ਦੀ ਕਹਿੰਦੇ ਕਬੱਡੀ ਪੈ ਰਹੀ ਆ ਧਲੇਰ ਝਨੇਰ ਕਲਿਆਣ ਸੰਦੌਣ ਮਸ਼ਹੂਰ ਜੇ ਪਿੰਡ ਹੈ ਲਓ ਧਲੇਰ ਵਾਲੇ ਵੀ ਰੇਡ ਤੇ ਨੰਬਰ ਕਿਹੜੀ ਟੀਮ ਦਾ ਤੇ ਸਮਾਂ ਦੱਸੇਗਾ ਨੰਬਰ ਕਹਿੰਦੇ ਵਿਕਰਮ ਫੈਸਲਾ ਕਰਦਿਆ ਕਰ ਲੋਕਾਂ ਤੋਂ ਸਬਰ ਨਹੀਂ ਹੁੰਦਾ ਵੀ ਵੱਡੇ ਮਾਲ ਲਾਏ ਤੇ ਨੰਬਰ ਜਾਫੀਆਂ ਦਾ ਧਰਮਿੰਦਰ ਕਹਿੰਦੇ ਢੋਲਾ ਕਬੱਡੀ ਪਾ ਰਿਹਾ ਇਹ ਹੈ ਢੋਲਾ ਜਿਹਨੇ ਵੱਧ ਕੇ ਕਬੱਡੀ ਪਾਈ ਹੈ ਦੁੱਗਿਆਂ ਵਾਲਿਆ ਦੁਨੀਆ ਬੜਾ ਪਿਆਰ ਕਰਦੀ ਹੈ ਲੋਕਾਂ ਨੂੰ ਪਤਾ ਸੀ ਵੀ ਸੁਰ ਸਿੰਘ ਖੇਡ ਕੇ ਖੁਸ਼ੀ ਵਾਪਸ ਦੁੱਗਾ ਨਹੀਂ ਗਿਆ ਆ ਸਮਾਉਣ ਵਾਲਾ ਸੱਤੀ ਇਹ ਸੁੱਚੇ ਸੂਰਮੇ ਦੇ ਪਿੰਡ ਦਾ ਹੈ ਇਹ ਸੁੱਚੇ ਸੂਰਮੇ ਦੇ ਪਿੰਡ ਦਾ ਤੇ ਢੋਲਾ ਲਾ ਲਾ ਕੇ ਸਿੱਟਦਾ ਜਿਵੇਂ ਕੱਪੜੇ ਵਾਲੇ ਥਾਣ ਸਿੱਟਦੇ ਹੁੰਦੇ ਆ ਦਲੇਰੀ ਹੈ ਕਹਿੰਦੇ ਢੋਲੇ ਦੇ ਵਿੱਚ ਵੀ ਮੇਰੇ ਵੀਰੋ ਵੇਰ ਵੇਰ ਕੇ ਕਬੱਡੀਆਂ ਪਾਉਣ ਵਾਲਾ ਹੈ ਇਹ ਹੈ ਧਰਮਿੰਦਰ ਢੋਲਾ ਆਹ ਖਿਡਾਰੀ ਦਾ ਕਹਿੰਦੇ ਬਰਨਾਲੇ ਦੇ ਲਾਗੇ ਧੋਰਕੋਟ ਪਿੰਡ ਹੈ ਮੇਰੇ ਵੀਰੋ ਕਿ ਮੋਟਰ ਮਿੱਤਰਾਂ ਦੀ ਚੱਲ ਬਰਨਾਲੇ ਚੱਲੀਏ ਕਾਲਾ ਧੋਰਕੋਟ ਹੀ ਹੈ ਇੱਕ ਪਾਸੇ ਕਿੰਗ ਹੈ ਦੂਸਰੇ ਪਾਸੇ ਸਟੀਲ ਬਾਡੀ ਹੈ ਔਰ ਦੁਨੀਆਂ ਦੇ ਦੋ ਧਨੰਤਰ ਸਿਰੇ ਦੇ ਜਾਫੀ ਇਸ ਵੇਲੇ ਤਿਆਰ ਨੇ ਮੇਰੇ ਵੀਰੋ ਤਿਆਰ ਨੇ ਗੁੱਟ ਫੜਿਆ ਗਿਆ ਕੈਂਚੀ ਵੱਜ ਗਈ ਹੈ ਇਹ ਹੈ ਦਿਲਾਂ ਨੂੰ ਮੋਹਣ ਵਾਲਾ ਸੋਹਣ ਦਿਲਾਂ ਨੂੰ ਮੋਹਣ ਵਾਲਾ ਸੋਹਣ ਮੇਰੇ ਵੀਰੋ ਪਰ ਨੰਬਰ ਧੂਰਕੋਟੀਏ ਕਾਲੇ ਦਾ ਨੰਬਰ ਕਾਲੇ ਦਾ ਹੈ ਕਿਉਂਕਿ ਸੋਹਣ ਦੇ ਬਾਰੇ ਮੈਂ ਨਾ ਲੀਗ 'ਚ ਬੋਲਤਾ ਵੀ ਇਹ ਸਟੀਲ ਬਾਡੀ ਹੈ ਜਦੋਂ ਮੈਚ ਖਤਮ ਹੋਇਆ ਨਿੱਕੇ ਨਿੱਕੇ ਬੱਚੇ ਨੂੰ ਹੱਥ ਲਾ ਕੇ ਦੇਖੀ ਜਾਣ ਵੀ ਇਹ ਸੱਚੀ ਸਟੀਲ ਹੈ ਇਹ ਵਾਕਈ ਸਟੀਲ ਹੈ ਇੱਧਰ ਕਹਿੰਦੇ ਕਬੱਡੀ ਪੈ ਰਹੀ ਹੈ ਇੱਧਰ ਕਹਿੰਦੇ ਢੋਲੋ ਟੁੱਕਿਆਂ ਵਾਲਾ ਛੇੜ ਲਿਆ ਪੱਲੇ 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 ਇਹ ਮੁੰਡਾ ਕਹਿੰਦੇ ਕਾਲੋ ਸਾਹਿਬ ਦੇ ਮੇਲੇ ਦਾ ਬੈਸਟ ਹੈ ਮੇਰੇ ਵੀਰੋ ਕੱਥੂ ਨੰਗਲ ਦੇ ਕੱਪ ਦਾ ਜਿਹਨਾਂ ਨੂੰ ਮਨਜਿੰਦਰ ਢੋਲਕੀ ਦੀ ਖੇਡ ਵਧੀਆ ਲੱਗੀ ਇੱਕ ਵਾਰੀ ਤਾੜੀਆਂ ਮਾਰ ਦਿਓ ਦਰਸ਼ਕ ਵੀਰੋ ਤਾੜੀਆਂ ਮਾਰ ਦਿਓ ਲਓ ਤਿਣਵੇ ਵਾਲਾ ਲੁੱਦਰ ਆ ਗਿਆ
ਮੰਗੀ ਵੀ ਕਹਿੰਦੇ ਇਸ ਵੇਲੇ ਤਿਆਰੀ ਕਰ ਰਹੀ ਹੈ ਔਰ ਕਰੀ ਵਾਲੇ ਦਾ ਬੱਬੂ ਖੁੱਚ ਪੱਟੀ ਹੋਈ ਹੈ ਮੁਕਾਬਲਾ ਸਖਤ ਹੈ ਲਓ ਉਹ ਬਾਵੇ ਬਾਵੇ ਸੰਦੀਪ ਸਿਆ ਬਾਵੇ ਕਮਾਨ ਸਾਹਿਬ ਸਿਰਾ ਲਾਉਣ ਵਾਲੀ ਗੱਲ ਕਰ ਦਿੱਤੀ ਐਡੇ ਐਡੇ ਬੰਦਿਆਂ 'ਚ ਬੰਦੇ ਵੱਜਦੇ ਐਡੇ ਐਡੇ ਬੰਦਿਆਂ 'ਚ ਬੰਦੇ ਵੱਜਦੇ ਆ ਨਹੀਂ ਉਹ ਰੀਸਾਂ ਕਿਰਪਾ ਪਰਮਾਤਮਾ ਦੀ ਇੱਧਰ ਕਹਿੰਦੇ ਸੀਚੇ ਵਾਲੀ ਆ ਕਬੱਡੀ ਪਾ ਰਿਹਾ ਹੈ ਦੁੱਗਿਆਂ ਵਾਲਿਆ ਚੀਕ ਬੱਜੀ ਨੀ ਚੀਕ ਬੱਜੀ ਨੀ ਇੱਕ ਪਾਸੇ ਦੀਸ਼ਾ ਨਾਲ ਬਿੱਲਾ ਨਾਲ ਸੱਤੀ ਹੈ ਮਾਪਾ ਕਹਿੰਦੇ ਪੰਜਾਬ ਕੌਰ ਦੀ ਵੱਡੀ ਕਿਰਪਾ ਵਾਹਿਗੁਰੂ ਮਿਹਰ ਕਰੇ ਸੀਚੇ ਵਾਲੀਏ ਨੇ ਇਸ ਵੇਲੇ ਤਕੜਾ ਨੰਬਰ ਜੋੜ ਦਿੱਤਾ ਹੈ ਹਰ ਇੱਕ ਨੰਬਰ ਹੀ ਤਾੜੀਆਂ ਵਾਲਾ ਹੈ ਅਮਰੀਕ ਕਦੇ ਕਦੇ ਕੀ ਹੁੰਦਾ ਵੀ ਇੱਕ ਮੈਚ ਤਾੜੀਆਂ ਵਾਲਾ ਹੁੰਦਾ ਹੈ ਪਰ ਇਹ ਮੈਚ ਹੈ ਜਿਹੜਾ ਉਹ ਹਰ ਇੱਕ ਨੰਬਰ ਤਾੜੀਆਂ ਵਾਲਾ ਬਣਿਆ ਹੋਇਆ ਹੈ ਲਓ ਸਾਹਮਣੇ ਇਸ ਵੇਲੇ ਜੱਸਾ ਹੈ ਔਰ ਅਗਲੀ ਰੇਡ ਸੁੱਖੇ ਦੀ ਲੈ ਵੀ ਅਮਰੀਕ ਕਰ ਗੱਲ ਲਓ ਸੁੱਖਾ ਮੱਗਾ ਕਹਿੰਦੇ ਜੋੜੇ ਸਿੰਘਾਂ ਵਾਲਾ ਕਬੱਡੀ ਪਾ ਰਿਹਾ ਉਧਰ ਚਿਰਾਗ ਦੀਨ ਮੰਝਾਂ ਵਾਲੇ ਪਿੰਡ ਦਾ ਕਹਿੰਦੇ ਇੱਕ ਕੰਨੀ ਪਏ ਹੈ ਨਾਲ ਸੱਤੀ ਹੈ ਆਲੋ ਵਾਲ ਢੇਰੀਆਂ ਵਾਲਾ ਬੀਸ਼ਾ ਹੈ ਸੁੱਖੇ ਦੀ ਰੇਡ ਸਿਕੰਜਾ ਕਹਿੰਦੇ ਕੱਸ ਦਿੱਤਾ ਚੂੜੀਆਂ ਟੈਟ ਕਰਤੀਆਂ ਨਟਾਂ ਨਾਲ ਨਟ ਜੁੜ ਗਿਆ ਤੇ ਨੰਬਰ ਕਹਿੰਦੇ ਜਾਫੀਆਂ ਦੇ ਸੇ ਹੈ ਲੈ ਵੀ ਅਮਨ ਗੁਰੀ ਫੇਰ ਆ ਗਿਆ ਆਹ ਖਿਡਾਰੀ ਮਰੇਲ ਕੋਟਲੇ ਦੇ ਇਲਾਕੇ ਦਾ ਮੇਰੇ ਵੀਰੋ ਧਲੇਰ ਕਲਾਂ ਪਿੰਡ ਹੈ ਇਸ ਨੌਜਵਾਨ ਦਾ ਆਸਟ੍ਰੇਲੀਆ ਵੀ ਖੇਡਿਆ ਨਿਊਜ਼ੀਲੈਂਡ ਵੀ ਖੇਡਿਆ ਔਰ ਕਹਿੰਦੇ ਇਸ ਸਾਲ ਕੈਨੇਡਾ ਦੀ ਧਰਤੀ ਦੇ ਵੀ ਵਧੀਆ ਪ੍ਰਦਰਸ਼ਨ ਰਿਹਾ ਇਸ ਨੌਜਵਾਨ ਦਾ ਭਾਈ ਰੇਡ ਚਾਰ ਜਾਫੀਆਂ ਦੇ ਵਿੱਚ ਰਾਜਕੋਟ ਦੇ ਮੇਲੇ ਦਾ ਆਹ ਜਾਫੀ ਟਰੈਕਟਰ ਦਾ ਜੇਤੂ ਰਿਹਾ ਮੰਨਾ ਬੱਗੇ ਪਿੰਡ ਵਾਲਾ ਪਰ ਸਾਹਮਣੇ ਮੇਰੇ ਵੀਰ ਇਸ ਲਈ ਗੁਰੀ ਨੇ ਨੰਬਰ ਆਪਣੀ ਟੀਮ ਦੇ ਹਿੱਸੇ ਜੋੜ ਦਿੱਤਾ ਖੁਸ਼ੀ ਕਹਿੰਦਾ ਚਿਰਾਗ ਦਿਨ ਪਹਿਲੇ ਮੈਨੂੰ ਲੱਗਣ ਦੇ ਫਿਰ ਤੇਰੀ ਵਾਰੀ ਹੈ ਲਓ ਸਾਹਮਣੇ ਧਰਮਿੰਦਰ ਢੋਲੀ ਨੇ ਕਬੱਡੀ ਪਾ ਦਿੱਤੀ ਹੈ ਆਲੋ ਵਾਲੀ ਹੈ ਕਹਿੰਦੇ ਬੜਾ ਡੇਂਜਰ ਜਾਫੀ ਹੈ ਜਿਹਨੇ ਚੱਕ ਕਲਾਂ ਅਤੇ ਆਲੋ ਵਾਲ ਢੇਰੀਆਂ ਦੋ ਪਿੰਡ ਮਸ਼ਹੂਰ ਕੀਤੇ ਹੈ ਸਮਾਉ ਵਾਲੇ ਤੇ ਜਵਾਨੀ ਚੜ੍ਹਦੀ ਹੈ ਔਰ ਗਗੜੇ ਵਾਲੇ ਦੀ ਵੀ ਕਹਿੰਦੇ ਉਂਗਲੀ ਖੜਦੀ ਹੈ ਮੇਰੇ ਵੀਰੋ ਉਂਗਲੀ ਖੜਦੀ ਹੈ ਪਰ ਢੋਲਾ ਧਰਮਿੰਦਰ ਢੋਲਾ ਇਸ ਲਈ ਨੰਬਰ ਜਿਹੜਾ ਉਹ ਮਾਤਾ ਪੰਜਾਬ ਕੌਰ ਸਪੋਰਟਸ ਕਲੱਬ ਨੰਗਲ ਅੰਬੀ ਹੈ ਇੱਕ ਪਾਸੇ ਬਾਜਵਾ ਕਲਾਂ ਦਾ ਇੰਦਰਪਾਲ ਹੈ ਆਪਣੇ ਸਮੇਂ ਦਾ ਪ੍ਰਸਿੱਧ ਖਿਡਾਰੀ ਹੈ ਔਰ ਦੂਸਰੇ ਪਾਸੇ ਬੋਲਾ ਬਲੇਰ ਖਾਨਪੁਰ ਦਾ ਹੈ ਆਪਣੇ ਸਮੇਂ ਦਾ ਪ੍ਰਸਿੱਧ ਖਿਡਾਰੀ ਹੈ ਦੋਨੋਂ ਕੋਚ ਕਹਿੰਦੇ ਟੀਮਾਂ ਲੈ ਕੇ ਪੁੱਜੇ ਹੋਏ ਹੈ ਨਾ ਉਹ ਸਾਹਮਣੇ ਕਾਲੇ ਨੇ ਕਬੱਡੀ ਪਾ ਦਿੱਤੀ ਹੈ ਬੱਗੇ ਪਿੰਡ ਵਾਲਾ ਦੁਨੀਆਂ ਦਾ ਮਹਾਨ ਰੁਸਤਮ ਜਾਫੀ ਹੈ ਸਵਰਗਵਾਸੀ ਗੁਰਮੇਲ ਸਿੰਘ ਸੰਘੇ ਦਾ ਪੁੱਤਰ ਹੈ ਮੇਰੇ ਵੀਰੋ ਔਰ ਨਾਲ ਸੋਨ ਰੁੜਕੀ ਵਾਲਾ ਹੈ ਆ ਨੌਜਵਾਨ ਕਿ ਜਿਹੜੇ ਪਾਣੀਆਂ 'ਚ ਲਾਉਂਦੇ ਲੋਕ ਤਾਰੀਆਂ ਉਹ ਪਾਣੀ ਅਸੀਂ ਪੀਤੇ ਹੋਏ ਹੈ ਸਿਰ ਕੱਢਵੇਂ ਰਿਕਾਰਡ ਪੈਦਾ ਕੀਤੇ ਹੋਏ ਹੈ ਸਿਰ ਕੱਢਵੇਂ ਰਿਕਾਰਡ ਪੈਦਾ ਕੀਤੇ ਹੋਏ ਹੈ ਐਂਡ ਕਹਿੰਦੇ ਰਿਕਾਰਡ ਕਬੱਡੀ ਦਾ ਉਸਤਾਦ ਕਹਿੰਦੇ ਹੈ ਜਿਹੜਾ ਕਹਿੰਦਾ ਹੁੰਦਾ ਵੀ ਬੰਦੇ ਨੂੰ ਆਪਣੇ ਹੱਡਾਂ ਦੀ ਵਾਲ ਕੇ ਹੀ ਸੇਕਣ ਦਾ ਸਵਾਦ ਆਉਂਦਾ ਆਪਣੇ ਹੱਡਾਂ ਦੀ ਵਾਲ ਕੇ ਹੀ ਸੇਕਣ ਦਾ ਸਵਾਦ ਆਉਂਦਾ ਮਨਜਿੰਦਰ ਸਿੰਘ ਢੋਲਕੀ ਕਹਿੰਦੇ ਕਬੱਡੀ ਪਾ ਰਿਹਾ ਹੈ ਉਧਰ ਦੁੱਗਿਆਂ ਵਾਲਾ ਕਹਿੰਦੇ ਢੋਲਕੀ ਨੇ ਫੇਰ ਛੇੜ ਲਿਆ ਦੇਖੋ ਸਾਰੇ ਮਨਜਿੰਦਰ ਤੇ ਖੁਸ਼ੀ ਬੱਲੇ ਬੱਲੇ ਹੋ ਗਈ ਓਏ ਲੈ ਵੀ ਅਮਰੀਕ ਮੁੰਡੇ ਨੇ ਐਨ ਮੇਲਾ ਲੁੱਟਣ ਵਾਲੀ ਗੱਲ ਕਰ ਦਿੱਤੀ ਹੈ ਔਰ ਦੁਨੀਆਂ ਦੇ ਵਿੱਚ ਗੱਲ ਚੱਲਦੀ ਹੈ ਵੀ ਜਦੋਂ ਕਿਤੇ ਵੱਡੇ ਸਟਾਰ ਤੋਂ ਨਵਾਂ ਖਿਡਾਰੀ ਨੰਬਰ ਲੈ ਕੇ ਜਾਂਦਾ ਕਹਿੰਦਾ ਫਿਰ ਉਹਦਾ ਸਵਾਦ ਹੀ ਹੈ ਜਿਹੜਾ ਉਹ ਵੱਖਰਾ ਹੁੰਦਾ ਉਹਨੂੰ ਦਰਸ਼ਕ ਵੀ ਹੌਸਲਾ ਦਿੰਦੇ ਹੈ ਲਓ ਦੁਨੀਆਂ ਦਾ ਸੁਪਰ ਡੁਪਰ ਸਟਾਰ ਇਸ ਵੇਲੇ ਸੰਦੀਪ ਲੋਧਰ ਕਬੱਡੀ ਪਾ ਰਿਹਾ ਔਰ ਵੱਡਾ ਸਟਾਰ ਬੱਗੇ ਪਿੰਡ ਦਾ ਮੰਗੀ ਹੈ ਇਹਨੂੰ ਕਹਿੰਦੇ ਕਬੱਡੀ ਦੀ ਮਹਿੰਗੀ ਟੱਕਰ ਮੇਰੇ ਵੀਰੋ ਇਹਨੂੰ ਕਹਿੰਦੇ ਕਬੱਡੀ ਦੀ ਸਭ ਤੋਂ ਵੱਡੀ ਟੱਕਰ ਮੇਰੇ ਵੀਰੋ ਪਰ ਤਿੜਬਾ ਪਿੰਡ ਘਮਾਣਾ ਦਾ ਮੇਰਾ ਪੂਰਾ ਨਾਂ ਜਰਨੈਲ ਕੁੜੇ ਜਦੋਂ ਉਸੇ ਪਿੰਡ ਦੇ ਲੁੱਦਰ ਦੀ ਅੱਜ ਦੁਨੀਆ ਹੈ ਫੈਨ ਕੁੜੇ ਐਨ ਦੁਨੀਆ ਫੈਨ ਹੈ ਸੀਚੇ ਵਾਲੀ ਆ ਕਹਿੰਦੇ ਕਬੱਡੀ ਪਾ ਰਿਹਾ ਹੈ ਜਦੋਂ ਲੁੱਦਰ ਨੂੰ ਜੱਫਾ ਤਕੜਾ ਲੱਗਾ ਨਾ ਮੈਂ ਦੁਨੀਆਂ ਨੇ ਭੰਗੜੇ ਪਾਉਣੇ ਆ ਲੈ ਵੀ ਬੋਲਿਆ ਹੁਣ ਲੀਗ ਕਹਿੰਦੇ ਮੋਹਾਲੀ ਚਲੀ ਗਈ ਹੈ ਇੱਧਰ ਸੀਚੇ ਵਾਲੀਏ ਵੀ ਰੇਡ ਤੇ ਚਿਰਾਗ ਦੀਨ ਮੰਝਾਂ ਵਾਲੇ ਦੀ ਧਰਤੀ ਦਾ ਕਿ ਅੱਲਾਹੂ ਦਾ ਆਵਾਜ਼ ਆਵੇ ਕੁੱਲੀ ਨੀ ਫਕੀਰ ਦੀ ਵਿੱਚੋਂ ਮੇਰੀ ਬੇਨਤੀ ਹੈ ਕਲੀ ਜ਼ਰੂਰ ਪਵਾ ਦਿੱਤੀ ਜਾਵੇ ਕਲੀ ਜ਼ਰੂਰ ਪਵਾ ਦਿੱਤੀ ਜਾਵੇ ਇਹ ਪਲੇਅਰਾਂ ਵੱਲੋਂ ਵਾਰ ਵਾਰ ਜਿਹੜਾ ਆਖਿਆ ਜਾ ਰਿਹਾ ਲਓ ਸਾਹਮਣੇ ਕਿ ਖੇਡ ਦੇ ਮੈਦਾਨਾਂ ਵਿੱਚ ਹੈ ਇਹਦੀ ਧੁੰਮ ਕੌਟੀ ਜ਼ਰੀਏ ਆਇਆ ਦੁਨੀਆਂ 'ਤੇ ਘੁੰਮ
ਕੌਡੀ ਦੇ ਮੈਦਾਨਾਂ ਵਿੱਚ ਛਾਇਆ ਕਹਿੰਦੇ ਸੇਵਕ ਦਾ ਵੀਰ ਆਓ ਦੇਖੋ ਭੱਜਿਆ ਆਉਂਦਾ ਸਰਾਵਾਂ ਦਾ ਸੁਖਵੀਰ ਆਓ ਭੱਜਿਆ ਆਉਂਦਾ ਸਰਾਵਾਂ ਦਾ ਸੁਖਵੀਰ ਕਹਿੰਦੇ ਜਦੋਂ ਦਸਵੀਂ ਚੋਂ ਕੰਪਾਰਟਮੈਂਟ ਆ ਗਈ ਨਾ ਦਿਲਬਾਗ ਸਿੰਘ ਨੇ ਇਹਨੂੰ ਹਟਾ ਕੇ ਟਰੱਕਾਂ ਦੀਆਂ ਬਾਡੀਆਂ ਦਾ ਕੰਮ ਸਿੱਖਣ ਲਾਤਾ ਵੀ ਆਪਣੇ ਬਸ ਨਹੀਂ ਪੜ੍ਹਾਈਆਂ ਪੁੱਤ ਕੋਈ ਕੰਮ ਸਿੱਖ ਲੈ ਘਰੋਂ ਘਰਦਿਆਂ ਨੇ ਦੁਕਾਨ ਤੇ ਭੇਜਣਾ ਨੇ ਗਰਾਊਂਡ ਚਲਾ ਜਾਣਾ ਏਦਾਂ ਦਾ ਗਰਾਊਂਡ ਜਾਣ ਲੱਗਾ ਮਿਹਨਤ ਕੀਤੀ ਤੇ ਇੰਡੀਆ ਦੀ ਟੀਮ ਦੀ ਕਪਤਾਨੀ ਕੀਤੀ ਇਹ ਮਾਣ ਐਵੇਂ ਨਹੀਂ ਮਿਲਦੇ ਇਹ ਮਾਣ ਐਵੇਂ ਨਹੀਂ ਮਿਲਦੇ ਕਿਉਂਕਿ ਮਿਹਨਤ ਕਰਨੀ ਪੈਂਦੀ ਹੈ ਤੇ ਮਿਹਨਤ ਅੱਜ ਬੋਲਦੀ ਹੈ ਸੁਖਵੀਰ ਕਹਿੰਦੇ ਅੱਜ ਦਾ ਨਹੀਂ ਇਹ ਤੇ ਪਹਿਲੇ ਸਮਿਆਂ ਦਾ ਸੁਖਵੀਰ ਕਹਿੰਦੇ ਅੱਜ ਦਾ ਨਹੀਂ ਲੈ ਵੀ ਅਮਰੀਕ ਜਿੱਦਾਂ ਲਾਈਵ ਚੱਲਦਾ ਹੁੰਦਾ ਤੇ ਉਵੇਂ ਅੱਜ ਕਹਿੰਦੇ ਵੱਡੀ ਸਕਰੀਨ ਤੇ ਚੱਲ ਰਿਹਾ ਸਕੋਰ ਕੀ ਆ ਰਿਹਾ ਇੱਕ ਪਾਸੇ 9 ਹੈ ਔਰ ਦੂਸਰੇ ਪਾਸੇ ਨਾਲ ਹੀ 10 ਹੈ 9 ਤੇ 10 ਕਰੀਬੀ ਬੜਾ ਕਰੀਬੀ ਮਾਮਲਾ ਹੈ ਬੜਾ ਕਰੀਬੀ ਮਾਮਲਾ ਹੈ ਇਹਨੂੰ ਕਹਿੰਦੇ ਵੀ ਟਿਕਾਣੇ ਗੱਲ ਲੱਗੀ ਪਈ ਹੈ ਗੱਲ ਸਿਰੇ ਲੱਗੀ ਪਈ ਹੈ ਔਰ ਸੁੱਖੇ ਨੇ ਕਬੱਡੀ ਪਾ ਦਿੱਤੀ ਹੈ ਲੈ ਵੀ ਖੋਸਿਆਂ ਵਾਲਾ ਕਰ ਗੱਲ ਲਓ ਸੁੱਖੇ ਦੀ ਕਹਿੰਦੇ ਕਬੱਡੀ ਪੈ ਰਹੀ ਹੈ ਦੁੱਗਿਆਂ ਵਾਲਿਆ ਤੇ ਮੈਂ ਨੀ ਲੋਕ ਕਹਿੰਦੇ ਖੁਸ਼ੀ ਤੇ ਕਰਦਾ ਹੀ ਕੁਝ ਨੀ ਮੁੰਡੇ ਖੰਨੇ ਵਾਲੇ ਵੀ ਆਏ ਆ 12 ਦਸੰਬਰ ਭੱਜੀ ਆਉਂਦੀ ਹੈ ਲਓ ਨੰਬਰ ਕਹਿੰਦੇ ਰੇਡਰ ਹੈ ਮੁੰਡੇ ਕੈਰੋ ਵਾਲੇ ਵੀ ਆਏ ਆ ਜਿਨ੍ਹਾਂ ਨੇ 3 ਦਸੰਬਰ ਨੂੰ ਕਹਿੰਦੇ ਲੰਡੀਆਂ ਜੀਪਾਂ ਦੇਣੀਆਂ ਲੱਗਣਗੀਆਂ ਰੌਣਕਾਂ ਇੱਧਰ ਕਹਿੰਦੇ ਨੌਜਵਾਨ ਸੁਨੇਰਾਂ ਵਾਲਾ ਰਾਜੂ ਕਬੱਡੀ ਪਾ ਰਿਹਾ ਲੈ ਵੀ ਸੋਣ ਦੁਨੀਆਂ ਨੂੰ ਦੱਸੀਏ ਵੀ ਦੁਨੀਆਂ ਤੈਨੂੰ ਸਟੀਲ ਮੈਨ ਕਹਿੰਦੀ ਹੈ ਉੱਧਰ ਬੱਬੂ ਕਹਿੰਦੇ ਕਰੀ ਵਾਲੇ ਪਿੰਡ ਦਾ ਬੜੀ ਦੂਰ ਤੋਂ ਚੱਲ ਕੇ ਆਇਆ ਹੈ ਬੜੀ ਦੂਰ ਤੋਂ ਚੱਲ ਕੇ ਆਇਆ ਬੱਬੂ ਕਰੀ ਵਾਲੇ ਪਿੰਡ ਦਾ ਹੈ ਧਰਮਿੰਦਰ ਦੀ ਕਬੱਡੀ ਹੈ ਲੋਪੋ ਵਾਲਿਆ ਕਰ ਵੀ ਗੱਲ ਮੁੰਡੇ ਦੀ ਇੱਕ ਕਹਿੰਦੇ ਫਿਲਮਾਂ ਦੇ ਵਿੱਚ ਧਰਮਿੰਦਰ ਜਿਹੜਾ ਹੈ ਸਾਹਨੇ ਵਾਲੀ ਆ ਡਾਂਗੋ ਪਿੰਡ ਵਾਲਾ ਅਮਰੀਕ ਗੱਲ ਕਰਦਾ ਹੁੰਦਾ ਹੈ ਵੀ ਉਹ ਬੜਾ ਮਸ਼ਹੂਰ ਹੋਇਆ ਔਰ ਆ ਧਰਮਿੰਦਰ ਮੇਰੇ ਵੀਰ ਉਹ ਢੋਲਾ ਅੰਬਰਸਰੀਆ ਇਸ ਵੇਲੇ ਕਬੱਡੀ ਪਾ ਰਿਹਾ ਕੱਟ ਮਾਰਿਆ ਫਿਰ ਪੱਟ ਨੂੰ ਟਰਾਈ ਕੀਤੀ ਹੈ ਫਿਰ ਉਂਗਲੀ ਵੀ ਖੜੀ ਕੀਤੀ ਹੈ ਇਹ ਹੈ ਐਕਸ਼ਨ ਦੁੱਗਾਂ ਵਾਲੀ ਖੁਸ਼ੀ ਦੇ ਇਹ ਹੈ ਅੰਦਾਜ਼ ਤਿੜਬੇ ਵਾਲੀ ਖੁਸ਼ੀ ਦੇ ਇਹ ਹੈ ਐਕਸ਼ਨ ਮੇਰੇ ਵੀਰੋ ਨਿਰਮਲ ਸਿੰਘ ਪੰਚ ਦੇ ਪੁੱਤਰ ਦੇ ਪਰ ਮੁੰਡਾ ਬਰਨਾਲੇ ਵਾਲਾ ਧੌਰਕੋਟ ਵਾਲਾ ਇਹਨੂੰ ਕਾਲਾ ਕਹਿੰਦੇ ਹੈ ਗਾਜੀਆਣੀਆਂ ਕਾਲਾ ਦੁਨੀਆਂ ਦਾ ਕਹਿੰਦੇ ਜੇਤੂ ਜਰਨੈਲ ਹੋਇਆ ਔਰ ਬੱਗਿਆਂ ਵਾਲੇ ਨੇ ਵੀ ਕਹਿੰਦੇ ਖੇਡ ਕਬੱਡੀ ਦੇ ਵਿੱਚ ਵੱਡੇ ਰਿਕਾਰਡ ਬਣਾਏ ਹੈ ਐਨ ਕਹਿੰਦੇ ਨਾਲ ਸੋਣ ਦੁਨੀਆਂ ਦੇ ਮਨ ਮੋੜ ਵਾਲਾ ਖਿਡਾਰੀ ਹੈ ਪਰ ਧੌਰਕੋਟੀਏ ਤੇ ਉਮਰ ਜਵਾਨੀ ਚੜ੍ਹਦੀ ਹੈ ਮੇਰੇ ਵੀਰੋ ਉਮਰ ਜਵਾਨੀ ਚੜ੍ਹਦੀ ਹੈ ਪਰ ਆਹ ਮੁੰਡਾ ਬੜੀ ਚਰਚਾ ਦੇ ਵਿੱਚ ਹੈ ਮੇਰੇ ਵੀਰੋ ਆਹ ਮੁੰਡਾ ਬੜੀ ਚਰਚਾ ਦੇ ਵਿੱਚ ਹੈ ਇਹ ਕੌਣ ਹੈ ਮਰਜਿੰਦਰ ਸਿੰਘ ਢੋਲ ਕੀ ਹੈ ਪਰ ਇਹ ਹੈ ਨੌਜਵਾਨ ਚੱਕ ਕਲਾ ਆਲੋਅਰ ਢੇਰੀਆਂ ਨਕੋਦਰ ਦਾ ਇਲਾਕਾ ਹੈ ਮੇਰੇ ਵੀਰੋ ਦਿਸ਼ਾ ਇਸ ਵੇਲੇ ਅਮਰੀਕਾ ਕਨੇਡਾ ਦੇ ਖੇਡ ਮੈਦਾਨਾਂ ਵਿੱਚ ਖੇਡਣ ਦਾ ਮਾਣ ਪ੍ਰਾਪਤ ਹੈ ਤਕੜਾ ਜਫਾ ਲਾ ਦਿੱਤਾ ਤੇ ਕਹਿੰਦੇ ਦਿੜਵੇ ਵਾਲਾ ਸੰਦੀਪ ਲੁੱਧਰ ਰੇਡ ਪਾ ਰਿਹਾ ਅਮਰੀਕ ਕਰ ਗੱਲ ਲਓ ਲੁੱਧਰ ਦੀ ਕਹਿੰਦੇ ਕਬੱਡੀ ਪੈ ਰਹੀ ਹੈ ਸਨ ਤੇ ਦੀਪ ਦਾ ਮੇਲ ਹੈ ਸਾਹਮਣੇ ਬੱਗਿਆਂ ਵਾਲਾ ਵੀ ਤਿਆਰ ਹੈ ਮੰਗੀ ਨੂੰ ਦੁਨੀਆਂ ਜਾਣਦੀ ਹੈ ਨਾਲ ਸਟੀਲ ਮੈਨ ਹੈ ਨਾਲ ਕਹਿੰਦੇ ਮੰਨਾ ਨਾਲ ਜੰਮਾ ਚਾਰ ਜਾਫੀ ਮੇਰੇ ਮਿੱਤਰੋ ਲਓ ਲੁੱਧਰ 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 ਤੇ ਕਹਿੰਦੇ ਮਿੱਧ ਦਾ ਹੀ ਆਉਂਦਾ ਲੁੱਧਰ ਤੇ ਕਹਿੰਦੇ ਮਿੱਧ ਦਾ ਹੀ ਆਉਂਦਾ ਨਹੀਂ ਉਹ ਰੀਸਾ ਜੇ ਜੱਫਾ ਲਾ ਕੇ ਨਾ ਜਾਫੀ ਨੂੰ ਨੰਬਰ ਵੀ 2 ਮਿਲਣੇ ਚਾਹੀਦੇ ਹੈ ਇੱਧਰ ਕਹਿੰਦੇ ਮਨਜਿੰਦਰ ਸੀਚੇ ਵਾਲੀਆ ਕਬੱਡੀ ਪਾਉਣ ਦੇ ਲਈ ਵਧਿਆ ਹੋਇਆ ਸਰਾਵਾਂ ਵਾਲੇ ਨੇ ਢਾਕਾਂ ਤੇ ਹੱਥ ਰੱਖੇ ਤੇ ਸੋਚੀ ਜਾਂਦਾ ਵੀ ਦੁਨੀਆਂ ਅੱਜ ਵੀ ਬੜਾ ਪਿਆਰ ਕਰਦੀ ਹੈ ਲਓ ਮਨਜਿੰਦਰ ਦੀ ਕਬੱਡੀ ਪੈ ਰਹੀ ਹੈ ਰੈਫਰੀ ਵੀ ਬੜੇ ਟਿਕਾਣੇ ਦੇ ਸੱਦੇ ਹੈ ਇੱਧਰ ਕਹਿੰਦੇ ਲਓ ਲਓ ਕਬੱਡੀ ਵਾਹ ਵਾਹ ਹੋਏ ਗੱਭਰੂ ਹੈ ਉਹ ਵਾਹ ਹੋਏ ਗੱਭਰੂ ਹੈ ਵਾਹ ਹੋਏ ਗੱਭਰੂ ਹੈ ਉਹ ਸਾਰਾ ਮੇਲਾ ਤੂੰ ਲੁੱਟਿਆ ਅੱਗੇ ਗੱਲ ਬੋਲਣੀ ਥੋੜ੍ਹੀ ਰੌਂਗ ਲੱਗਦੀ ਹੈ ਐਨ ਬੱਲੇ ਬੱਲੇ ਕਰਵਾ ਦਿੱਤੀ ਹੈ ਮੁੰਡੇ ਨੇ ਔਰ ਸਾਹਮਣੇ ਸੁਖਵੀਰ ਸੁਖਵੀਰ ਮੇਰੇ ਵੀਰੋ ਇਸ ਵੇਲੇ ਕਬੱਡੀ ਪਾ ਰਿਹਾ ਫਰੀਦਕੋਟੀ ਹੈ ਕਿ ਮੁੰਡਿਆ ਵੇ ਮੁੰਡਿਆ ਫਰੀਦਕੋਟੀ ਹੈ ਤੇਰੇ ਬੁੱਲਾਂ 'ਤੇ ਸ਼ਰਾਰਤ ਨੱਚਦੀ ਹੈ ਤੇਰੇ ਬੁੱਲਾਂ 'ਤੇ ਸ਼ਰਾਰਤ ਹੱਸਦੀ ਹੈ ਕਿਤੇ ਹਰਜੀਤ ਬਰਾੜ ਦੇ ਲਈ ਆਖਿਆ ਜਾਂਦਾ ਸੀਗਾ ਪਰ ਆਹ ਮੁੰਡੇ ਦੀ ਵੀ ਅਮਰੀਕ ਬੜੀ ਚਰਚਾ ਹੈ ਕਰ ਗੱਲ ਇਸ ਨੌਜਵਾਨ ਦੀ ਲਓ ਕਹਿੰਦੇ ਜੋੜੇ ਸਿੰਘਾਂ ਵਾਲਾ ਕਹਿੰਦੇ ਇੱਕ ਵਾਵ ਰੋਲਾ ਬਣ ਕੇ ਉੱਠਿਆ ਨੌਜਵਾਨ
ਦੁਨੀਆ ਨੂੰ ਦੱਸਿਆ ਵੀ ਪਿੰਡ ਕਿੱਥੇ ਹੈ, ਮੈਨੂੰ ਕਹਿੰਦੇ ਕੀ ਹੈ, ਤੇ ਦੂਜੇ ਪਾਸੇ ਕਹਿੰਦੇ ਸੱਤੀ ਹੈ ਸਮਾਉ ਦੀ ਧਰਤੀ ਦਾ। ਜਿਵੇਂ ਜੌੜੇ ਦਾ ਕਹਿੰਦੇ ਮੌੜ ਪਿੰਡ ਹੈ, ਮਿਰਜੇ ਦਾ ਕਹਿੰਦੇ ਦਾਨਾਬਾਦ ਹੈ, ਧਰਮਿੰਦਰ ਦਾ ਡਾਂਗੋ ਹੈ, ਤੇ ਸੁੱਚੇ ਦਾ ਕਹਿੰਦੇ ਸਮਾਉ ਪਿੰਡ ਹੈ, ਇਹ ਸਮਾਉ ਪਿੰਡ ਦਾ ਕਹਿੰਦੇ ਸੱਤੀ ਹੈ, ਜ਼ਿਲ੍ਹਾ ਮਾਨਸਾ ਦੇ ਵਿੱਚੋਂ ਚੱਲ ਕੇ ਆਇਆ ਹੈ। ਇੱਧਰ ਕਹਿੰਦੇ ਕਬੱਡੀ ਜਿਹੜੀ ਹੈ ਸਨੇਰਾਂ ਵਾਲੇ ਰਾਜੂ ਦੀ ਪੈਰੀ ਹੈ, ਚਾਰ ਨੇ ਇੱਕ ਪਾਸੇ ਕਹਿੰਦੇ ਜੱਸਾ ਆ ਉਹ ਹੈ ਜਿਹਨੇ ਰੋਟਾਵੇਟਰ ਵੀ ਜਿੱਤਿਆ, ਜਿਹਨੇ ਕਹਿੰਦੇ ਟਰੈਕਟਰ ਵੀ ਜਿੱਤਿਆ ਰਾਏਕੋਟ ਦੇ ਮੇਲੇ ਤੋਂ, ਇਹ ਹੈ ਮੰਨਾ ਕਹਿੰਦੇ ਬੱਗਿਆ ਵਾਲਾ, ਇਹ ਮੇਹਰ ਦੀਨ ਦੇ ਇਲਾਕੇ ਦਾ ਹੈ, ਇਹ ਮੇਹਰ ਦੀਨ ਦੇ ਇਲਾਕੇ ਦਾ। ਤੇ ਦੂਜੇ ਪਾਸੇ ਪੰਜ ਚਾਰ ਤਿੰਨ 30 ਸੈਕਿੰਡ ਦੀ ਰੇਡ ਹੈ, ਪਰ ਲੀਗ ਦੇ ਵਿੱਚ ਅਮਰੀਕ 25 ਦੀ ਪੈਂਦੀ ਹੈ, ਮੇਰਾ ਖਿਆਲ 25 ਸੈਕਿੰਡ ਦੀ ਰੇਡ ਪੈਂਦੀ ਹੈ। ਔਰ ਸਾਹਮਣੇ ਇਸ ਲਈ ਕਬੱਡੀ ਨਵਜਨ ਧਰਮਿੰਦਰ ਢੋਲੇ ਨੇ ਖੇਡ ਮੈਦਾਨ ਦੇ ਵਿੱਚ ਪਾ ਦਿੱਤੀ ਹੈ। ਹੁਣ ਜੀਤ ਕੋਟਲੀ ਦਾ ਸਮਾਓ ਵਾਲਾ ਸੱਤੀ ਨਾਲ ਗਗੜੇ ਦੀ ਧਰਤੀ ਦਾ ਬਿੱਲਾ ਲਾਓ ਸਾਹਮਣੇ, ਆਹੀ ਉਹ ਅੰਦਾਜ਼ ਹੈ। ਔਰ ਟਰੈਕਟਰ ਵੀ ਜਿੱਤੇ ਇਸ ਨੌਜਵਾਨ ਨੇ, ਪਰ ਨੰਬਰ ਧਰਮਿੰਦਰ ਢੋਲਾ ਹੈ, ਐਨ ਆਪਣੀ ਟੀਮ ਦੇ ਲਈ ਨੰਬਰ ਦਾ ਵਾਧਾ ਕਰ ਗਿਆ। ਧੂਰ ਕੋਟੀਆ ਕਾਲਾ ਆ ਗਿਆ। ਅਮਰੀਕ ਅਗਲੇ ਮੈਚਾਂ ਬਾਰੇ ਕੀ ਹੁਕਮ ਨੇ ਉਹ ਵੀ ਜ਼ਰੂਰ ਦੱਸ ਦਿੱਤੇ ਜਾਣ। ਲਓ ਸਾਹਮਣੇ ਇਸ ਲਈ ਨੌਜਵਾਨ ਕਾਲੇ ਦੀ ਰੇਡ ਪੈ ਰਹੀ ਹੈ ਮੇਰੇ ਵੀਰੋ, ਜ਼ਿਲ੍ਹੇ ਬਰਨਾਲੇ ਦੇ ਧੂਰਕੋਟ ਪਿੰਡ ਦਾ, ਇਸ ਲਈ ਕਾਲਾ ਕਬੱਡੀ ਪਾ ਰਿਹਾ ਹੈ। ਲੈ ਵੀ ਰੁੜਕੀ ਵਾਲੇ ਪਾ ਦੇ ਪੁੱਠੀ ਨੌਜਵਾਨ ਹੈ, ਰੱਬ ਕਿਸੇ ਦੀ ਪੁੱਠੀ ਨਾ ਪਾਵੇ, ਪਰ ਜੇ ਸੋਹਣ ਦੀ ਪੁੱਠੀ ਪੈ ਜਾਵੇ ਤਾਂ ਉਹ ਸਿੱਧੀ ਪੈ ਜਾਂਦੀ ਹੈ ਮੇਰੇ ਵੀਰੋ। ਲਓ ਕਰੀ ਵਾਲਾ ਪਿੰਡ ਹੈ ਇਸ ਨੌਜਵਾਨ ਦਾ ਫਕਰ ਝੰਡੇ ਦੇ ਲਾਗੇ, ਇਹ ਹੈ ਬੱਬੂ ਨੌਜਵਾਨ, ਜਿਸ ਇਲਾਕੇ ਦਾ ਬਿੰਦੀ ਦੁਨੀਆ ਦਾ ਮਹਾਨ ਕਬੱਡੀ ਖਿਡਾਰੀ ਹੋਇਆ, ਪਰ ਆਹ ਖਿਡਾਰੀ ਦੇ ਪਿੰਡ ਦਾ ਕਹਿੰਦੇ ਜੀਤਾ ਮੌੜ ਉਹ ਜਾਫੀ ਹੋਇਆ ਜਿਹੜਾ ਦੁਨੀਆ ਦੇ ਚੋਟੀ ਦੇ ਰੇਡਰਾਂ ਨੂੰ ਕਹਿ ਕੇ ਜੱਫੇ ਲਾਉਂਦਾ ਰਿਹਾ ਮੇਰੇ ਵੀਰੋ। ਉਸੇ ਪਿੰਡ ਦਾ ਤੋਚੀ ਪ੍ਰਸਿੱਧ ਹੋਇਆ। ਔਰ ਹਾਫ ਸਮਾਂ ਇਸ ਮੈਚ ਦਾ ਹੋ ਚੁੱਕਿਆ ਹੈ, ਹਾਫ ਟਾਈਮ ਇਸ ਮੈਚ ਦਾ ਹੋ ਚੁੱਕਿਆ। ਸਕੋਰ ਪਲੀਜ਼, ਖਿਡਾਰੀਆਂ ਦੇ ਲਈ ਪਾਣੀ ਜਿਹੜਾ ਹੈ ਉਹ ਮੈਂ ਬੇਨਤੀ ਕਰਦਾ ਵੀ ਪਾਣੀ ਜ਼ਰੂਰ ਪੁੱਜਦਾ ਕਰ ਦਿੱਤਾ ਜਾਵੇ, ਪਾਣੀ ਜ਼ਿਆਦਾ ਠੰਡਾ ਹੈ। ਔਰ ਬੇਨਤੀ ਹੈ ਵੀ ਪਾਣੀ ਜ਼ਰੂਰ, ਮੈਂ ਬੇਨਤੀ ਕਰਦਾ ਪ੍ਰਬੰਧਕ ਅੱਗੇ ਹੱਥ ਜੋੜ ਕੇ ਪਾਣੀ ਜ਼ਰੂਰ ਪੁੱਜਦਾ ਕਰ ਦਿੱਤਾ ਜਾਵੇ। ਐਨ ਆਰ ਆਈ ਕਬੱਡੀ ਕਲੱਬ ਨਕੋਦਰ ਦੇ ਨੰਬਰ ਨੇ 14, ਮਾਤਾ ਪੰਜਾਬ ਕੌਰ ਸਪੋਰਟਸ ਕਲੱਬ ਨੰਗਲੰਬੀਆਂ ਦੇ 14, 18 ਦਾ ਅੰਕੜਾ ਹੈ ਮੇਰੇ ਵੀਰੋ। ਦੋ ਜੱਫਿਆਂ ਦਾ ਫਰਕ ਹੈ, 14 ਅਤੇ 18.5 ਦੋ ਜੱਫਿਆਂ ਦਾ ਫਰਕ ਹੈ, ਦੋ ਜੱਫਿਆਂ ਦਾ ਫਰਕ ਕਬੱਡੀ ਦੇ ਵਿੱਚ ਕੋਈ ਜ਼ਿਆਦਾ ਨਹੀਂ ਮੰਨਿਆ ਜਾਂਦਾ ਹੈ। ਪਾਣੀ ਪਲੇਅਰਾਂ ਦੇ ਲਈ ਬੇਨਤੀ ਹੈ, ਕਲੀ ਵਾਲਾ ਵੀਰ ਅਤੇ ਇੱਕ ਪਾਣੀ ਜ਼ਰੂਰੀ ਬੇਨਤੀ ਹੈ, ਜ਼ਰੂਰ ਇੱਥੇ ਵੀਰ ਆਪਣੀ ਡਿਊਟੀ 'ਤੇ ਹਾਜ਼ਰ ਹੋਣ। ਲਓ ਸਾਹਮਣੇ ਇਸ ਲਈ ਸੁੱਖਾ ਜੋੜੇ ਸੰਘੇ ਪਿੰਡ ਵਾਲਾ ਮੇਰੇ ਵੀਰੋ, ਸੁੱਖਾ ਕਬੱਡੀ ਪਾ ਰਿਹਾ ਹੈ। ਚਾਰ ਜਾਫੀਆਂ ਵਿੱਚੋਂ ਕਿਹੜਾ ਨੌਜਵਾਨ ਗੱਭਰੂ ਕੋਸ਼ਿਸ਼ ਕਰੇਗਾ? ਇੱਕ ਪਾਸੇ ਜੀਤ ਕੋਟਲੀ ਹੈ ਮੇਰੇ ਵੀਰੋ, ਬਾਬੇ ਕੱਤਰ ਸਿੰਘ ਦਾ ਪੋਤਾ, ਕੋਟਲੀ ਪਿੰਡ ਹੈ ਇਸ ਨੌਜਵਾਨ ਦਾ। ਔਰ ਸਾਹਮਣੇ ਸੁੱਖੇ ਦੀ ਵੀ ਚਰਚਾ ਹੈ, ਨੰਬਰ ਜਿਹੜਾ ਰੇਡਰ ਦਾ ਲੈ ਵੀ ਅਮਰੀਕ ਲੁੱਧਰ ਫਿਰ ਆ ਗਿਆ। ਲਓ ਲੁੱਧਰ ਕਿਵੇਂ ਫਿਰ ਆ ਗਿਆ, ਲੁੱਧਰ ਫਿਰ ਆ ਗਿਆ, ਉਹ ਕੌਣ ਆ ਗਿਆ? ਲੁੱਧਰ ਫੇਰ ਆ ਗਿਆ। ਲਓ ਲੁੱਧਰ ਦੀ ਕਹਿੰਦੇ ਕਬੱਡੀ ਪੈਣ ਲੱਗੀ ਹੈ। ਬੱਗਿਆਂ ਵਾਲਿਆ ਮੈਂ ਫੇਰ ਪੁੱਛੂ, ਲੁੱਧਰ ਕਿਹਨੇ ਢਾਲਿਆ, ਲੁੱਧਰ ਕਿਹਨੇ ਢਾਲਿਆ? ਗੱਲਾਂ ਹੋਰ ਹੋਣਗੀਆਂ, ਪਰ ਲੁੱਧਰ ਤੇ ਇੱਦਾਂ ਲੱਗਦਾ ਵੀ ਦੋ ਬੰਦੇ ਜੋੜ ਕੇ ਇੱਕ ਬਣਾਇਆ ਹੈ, ਕਿਰਪਾ ਹੈ ਕਹਿੰਦੇ ਪਰਮਾਤਮਾ ਦੀ। ਲਓ ਲੁੱਧਰ ਕਹਿੰਦੇ ਰੇਡ ਪਾ ਰਿਹਾ ਹੈ, ਉੱਧਰ ਸਟੀਲ ਮੈਨ ਵੀ ਤਿਆਰ ਹੈ, ਜੱਸਾ ਵੀ ਤਿਆਰ ਹੈ, ਜੰਮਾ ਵੀ ਤਿਆਰ ਹੈ, ਇੱਧਰ ਕਹਿੰਦੇ ਆ ਉਹੀ ਓਏ ਅਮਣਿਆ ਕੌਣ ਦੱਸੀ? ਜਿਹਦੀ ਪੁੱਠੀ ਕਾਰੇ ਕਰਾਉਂਦੀ ਹੈ, ਜਿਹਦੀ ਪੁੱਠੀ ਦੁਨੀਆ ਨਚਾਉਂਦੀ ਹੈ, ਪਰ ਦਿੜਬੇ ਵਾਲੇ ਦੀ ਹੁਣ ਆ ਜੱਸਾ ਇਹ ਹੈ ਸੋਣ ਸੋਣ ਸੋਣ। ਜੇ ਸੋਣ ਨੇ ਬੱਲੇ ਬੱਲੇ ਕਰਵਾ ਦੀ ਇੱਕ ਵਾਰੀ, ਤਾੜੀਆਂ ਮਾਰ ਦਿਓ ਦਰਸ਼ਕ ਵੀਰੋ, ਤਾੜੀਆਂ ਮਾਰ ਦਿਓ। ਰੁੜਕੀ ਵਾਲਾ ਕਹਿੰਦੇ ਅੱਜ ਮੇਲਾ ਲੁੱਟ ਗਿਆ, ਮੇਲਾ ਬਣਾ ਗਿਆ। ਲਓ ਇੱਧਰ ਜੱਫਾ ਉੱਧਰ ਜੱਫਾ, ਲੱਗ ਪਾਓ ਕਿ ਨਹੀਂ, ਖੁਸ਼ਦੀਪ ਗਿੱਲ ਤਿਆਰ ਹੈ,
ਧਰਮਿੰਦਰ ਢੋਲੇ ਨਾਲ ਪਿਆ ਹੋਇਆ ਪੰਗਾ, ਖੁਸ਼ਦੀਪ ਦਾ ਮੇਰੇ ਵੀਰੋ। ਪਰ ਦੇਖੋ ਸਾਹਮਣੇ, ਮੈਂ ਪਹਿਲੇ ਆਖਿਆ ਵੀ ਮੁੰਡੇ 'ਚ ਦਲੇਰੀ ਅੱਤ ਦੀ ਹੈ, ਦਲੇਰੀ ਅੱਤ ਦੀ ਹੈ ਧਰਮਿੰਦਰ ਢੋਲੇ ਦੇ ਵਿੱਚ। ਔਰ ਸੁਖਵੀਰ ਸਰਾਵਾਂ ਵਾਲਾ, ਸੁਖਵੀਰ ਸਰਾਵਾਂ ਵਾਲਾ ਇਸ ਖਿਡਾਰੀ ਦੇ ਵੀ ਵੱਡੇ ਰਿਕਾਰਡ ਨੇ ਮੇਰੇ ਵੀਰੋ। 2009 ਦੇ ਵਿੱਚ ਕਹਿੰਦੇ ਪੂਰੇ ਸੀਜ਼ਨ ਦਾ ਬੈਸਟ ਹੈ, ਪਰ ਬੱਗਿਆਂ ਵਾਲੇ ਨੇ ਵੀ ਦੁਨੀਆ ਮਨਾਈ ਹੈ ਅਤੇ ਸੁਖਵੀਰ ਇਸ ਲਈ ਨੰਬਰ ਜੋੜਦਾ ਹੋਇਆ। ਮਨਜਿੰਦਰ ਢੋਲਕੀ ਦੀ ਰੇਡ 'ਤੇ ਖੁਸ਼ੀ ਨਾ ਪਵੇਗਾ ਪੰਗਾ ਅਤੇ ਗੱਲ ਅਮਰੀਕ ਕਰੇਗਾ। ਖੁਸ਼ੀ ਨਾ ਪਵੇਗਾ ਪੰਗਾ ਅਤੇ ਗੱਲ, ਲੋਪੋ ਵਾਲਾ ਟਿਕਾਣੇ ਲਾ ਗਿਆ। ਲੈ ਵੀ ਖੁਸ਼ੀ, ਉਹਨੇ ਤੈਨੂੰ ਕਹਿਤ ਹੈ ਵੀ ਢੋਲਕੀ ਦੇ ਬਾਬ ਰੋਲਾ ਕਬੱਡੀ ਦਾ ਬਿੱਲੇ ਨੇ ਟਰਾਈ ਕੀਤੀ ਹੈ। ਮਨਜਿੰਦਰ ਤੇ ਬਿੱਲਾ, ਬਿੱਲਾ ਤੇ ਮਨਜਿੰਦਰ, ਬਿੱਲਾ ਤੇ ਮਨਜਿੰਦਰ, ਮਨਜਿੰਦਰ ਤੇ ਬਿੱਲਾ ਹੈ। ਲਓ ਬਿੱਲੇ ਦਾ ਗਗੜਾ ਪਿੰਡ ਹੈ, ਢੋਲਕੀ ਦਾ ਕਹਿੰਦੇ ਕਾਲਾ ਸਿੰਘਿਆ ਪਿੰਡ ਹੈ। ਇਹ ਹੈ ਕਹਿੰਦੇ ਢੋਲਕੀ ਕੇ ਨਿੱਕੀ ਹੁੰਦੀ ਮੈਂ ਰਹਿੰਦੀ ਨਾਨਕੇ, ਖਾਂਦੀ ਲੱਡੂ ਪੇੜੇ, ਸੱਸੇ ਨੀ ਮੈਨੂੰ ਨੱਚ ਲੈਣ ਦੇ, ਵੱਜੇ ਢੋਲਕੀ ਗਵਾਂਢੀਆਂ ਦੇ ਵਿਹੜੇ। ਕੋਈ ਸਮਾਂ ਸੀ ਲੋਕ ਗੀਤਾਂ 'ਚ ਗੱਲ ਹੁੰਦੀ ਸੀ। ਲਓ ਇੱਧਰ ਕਹਿੰਦੇ ਸੁਨੇਹਾਂ ਵਾਲਾ ਕਬੱਡੀ ਪਾ ਰਿਹਾ, ਉੱਧਰ ਬੱਬੂ ਵਰਗੇ ਤਿਆਰ ਹੈ, ਇੱਧਰ ਬੱਗਿਆਂ ਵਾਲੇ ਨੇ ਕਹਿੰਦੇ ਵੱਡੇ ਵੱਡੇ ਫੜੇ ਹੈ। ਫੜਿਆ ਵੀ ਕੁਝ ਨਹੀਂ ਤੇ ਛੱਡਿਆ ਵੀ ਕੁਝ ਨਹੀਂ, ਨੰਬਰ ਮੰਗੀ ਦਾ। ਤੇ ਨੰਬਰ 19 ਤੇ 19 ਦਰਸ਼ਕ ਵੀਰੋ, 19-19 ਨੰਬਰ ਹੋ ਗਏ ਹੈ। ਐਨ ਸਿਰੇ ਦਾ ਮੈਚ ਹੈ, ਸੀਚੇ ਵਾਲੀਆਂ ਮਨਜਿੰਦਰ ਨੇ ਇਸ ਵੇਲੇ ਕਬੱਡੀ ਪਾ ਦਿੱਤੀ ਹੈ। ਐਨ ਗੱਲ ਟਿਕਾਣੇ ਲੱਗੀ ਪਈ ਹੈ ਪੰਡੋਰੀ ਬੜੈਂਚ ਦੇ ਵਿੱਚ। ਇਹਨੂੰ ਕਹਿੰਦੇ ਕਬੱਡੀ ਦਾ ਮਹਾਦੰਗਲ ਹੀ ਹੋ ਰਿਹਾ ਦੁਨੀਆ ਦੇ ਵੱਡੇ ਸਟਾਰਾਂ ਦੇ ਦਰਮਿਆਨ। ਲਓ ਸੀਚੇ ਵਾਲੀ ਹੈ, ਪਹਿਲੇ ਪੰਗਾ ਪਿਆ ਤੇ ਸਫਲਤਾ ਮਨਜਿੰਦਰ ਨੇ ਪ੍ਰਾਪਤ ਕੀਤੀ ਹੈ ਤੇ ਆਹ ਨੰਬਰ। ਤੇ ਦਿੜਵੇ ਵਾਲਾ ਖੁਸ਼ੀ ਬੱਲੇ ਬੱਲੇ ਕਰਵਾ ਗਿਆ, ਦੁੱਗਾ ਵਾਲਾ ਖੁਸ਼ੀ ਬੱਲੇ ਬੱਲੇ ਕਰਵਾ ਗਿਆ। ਅਗਲੀ ਰੇਡ ਨੌਜਵਾਨ ਕਾਲੇ ਦੀ ਲੈ ਵੀ ਅਮਰੀਕ ਕਰ ਗੱਲ। ਲਓ ਸਾਹਮਣੇ ਕਹਿੰਦੇ ਕਾਲਾ ਧੂੜ ਕੋਟੀ ਆ ਕਬੱਡੀ ਪਾਉਣ ਦੇ ਲਈ, ਫਿਰ ਵਾਧਾ ਹੋਇਆ ਹੈ। ਇਹ ਮੁੰਡੇ ਨੇ ਵੀ ਕਹਿੰਦੇ ਦੁਨੀਆ ਨੇ ਦਿਲ ਜਿੱਤੇ ਹੈ, ਦੁਨੀਆ ਨੇ ਦਿਲ ਜਿੱਤੇ ਹੈ। ਅੱਜ ਕਹਿੰਦੇ ਕਬੱਡੀ ਦੀ ਕਰੀਮ ਪਹੁੰਚੀ ਹੋਈ ਹੈ, ਕਬੱਡੀ ਦੀ ਕਹਿੰਦੇ ਕਰੀਮ ਪਹੁੰਚੀ ਹੋਈ ਹੈ। ਬੱਗਿਆਂ ਵਾਲਾ ਮੰਗੀ ਤਿਆਰ ਹੈ, ਬੱਬੂ ਤਿਆਰ ਹੈ, ਜੱਸਾ ਪਿਆਰ ਹੈ, ਤੇ ਨਾਲ ਕਹਿੰਦੇ ਰੁੜਕੇ ਵਾਲਾ ਸੋਹਣ ਹੋਏ। ਬੱਬੂ ਨੇ ਟਰਾਈ ਕੀਤੀ ਦੇ ਨੰਬਰ, ਜਿਹੜਾ ਰੇਡਰ ਦੇ ਹਿੱਸੇ ਜੁੜਦਾ ਹੋਇਆ। ਪਰਮਾਤਮਾ ਦੀ ਕਹਿੰਦੇ ਵੱਡੀ ਕਿਰਪਾ ਹੈ, ਘਰੋਂ ਵੀ ਖੁੱਲ ਡੁੱਲ ਹੈ, ਜ਼ਮੀਨ ਜਾਇਦਾਦ ਵੀ ਕਹਿੰਦੇ ਖੁੱਲੀ ਹੈ। ਜੇ ਕਰੀ ਵਾਲੀਏ ਬੱਬੂ ਦੀ ਗੱਲ ਕਰੀਏ ਤੇ ਸਾਹਮਣੇ ਸੁੱਖਾ ਮੱਗਾ ਕਹਿੰਦੇ ਜੌੜੇ ਸਿੰਘਾਂ ਵਾਲਾ ਕਬੱਡੀ ਪਾ ਰਿਹਾ ਖੇਡ ਦੇ ਮੈਦਾਨ ਦੇ ਵਿੱਚ। ਲਓ ਦੀਸ਼ੇ ਨੇ ਕਹਿੰਦੇ ਟਰਾਈ ਕੀਤੀ, ਆਇਆ ਸੁੱਖਾ ਤੇ ਗਿਆ ਸੁੱਖਾ, ਆਇਆ ਸੁੱਖਾ ਤੇ ਗਿਆ ਸੁੱਖਾ ਹੈ। ਲਓ ਸੁੱਖਾ ਮੱਗਾ ਕਹਿੰਦੇ ਵਾਪਸ ਚਲਾ ਗਿਆ, ਸਰਾਵਾਂ ਵਾਲਾ ਕਹਿੰਦੇ ਆ ਗਿਆ ਕਬੱਡੀ ਪਾਉਣ। ਲੈ ਵੀ ਅਮਨ ਕਰ ਵੀ ਗੱਲ ਮੁੰਡੇ ਦੀ, ਇਹਨੂੰ ਕਹਿੰਦੇ ਟਰੈਕਟਰ ਵੀ ਮਿਲਿਆ, ਇਹਨੂੰ ਬਲੈਰੋ ਗੱਡੀ ਵੀ ਮਿਲੀ ਹੈ ਮੇਰੇ ਵੀਰੋ। ਇਹਨੇ ਇੰਡੀਆ ਦੀ ਟੀਮ ਦੀ 3 ਵਾਰ ਕਪਤਾਨੀ ਵੀ ਕੀਤੀ ਹੈ। ਔਰ ਸਾਹਮਣੇ ਚੌਂ ਦੇ ਵਿੱਚੋਂ ਇਸ ਵੇਲੇ ਜੱਸਾ ਕੋਸ਼ੇ ਕਰ ਰਿਹਾ ਤੇ ਸੁਖਵੀਰ ਸਰਾਵਾਂ ਦੀ ਧਰਤੀ ਦਾ ਤਕੜਾ ਨੰਬਰ ਆਪਣੀ ਟੀਮ ਦੇ ਉਸੇ ਜੋੜਦਾ ਹੋਇਆ। ਅਗਲੀ ਰੇਡ ਧਰਮਿੰਦਰ ਢੋਲੇ ਦੀ ਮੇਰੇ ਵੀਰੋ, ਢੋਲਾ ਅੰਬਰਸਰ ਹੀ ਹੈ ਇਸ ਵੇਲੇ ਕਬੱਡੀ ਪਾ ਰਿਹਾ, ਮਾਝੇ ਦੀ ਧਰਤੀ ਹੈ ਮੇਰੇ ਵੀਰੋ, ਇਹ ਸੂਰ ਵੀਰਾਂ ਜੋਧਿਆਂ ਦੀ ਧਰਤੀ ਹੈ, ਮਾਝੇ ਦੀ ਧਰਤੀ। ਲਓ ਪਈ ਹੋਈ ਢੋਲੇ ਦੀ ਕਬੱਡੀ ਦੇ ਉੱਪਰ ਹੁਣ ਚੌਂ ਜਾਸਿਆਂ ਵਿੱਚ ਗਗੜੇ ਵਾਲਾ ਹੈ, ਨਾਲ ਆਲੋ ਵਾਲੀ ਹੈ, ਨਾਲ ਸਮਾਓ ਵਾਲਾ, ਆਹ ਹੈ ਕੋਟਲੀ ਵਾਲਾ ਮੇਰੇ ਵੀਰੋ। ਇਹਨੂੰ ਜੀਤ ਕਹਿੰਦੇ ਹੈ, ਕਈ ਮੇਲਿਆਂ ਦਾ ਬੈਸਟ ਹੈ, ਮੋਟਰਸਾਈਕਲਾਂ ਦਾ ਜੇਤੂ ਹੈ, ਪਰ ਮੁੰਡੇ ਦੀ ਕਹਿੰਦੇ ਢੋਲੇ ਦੀ ਖੇਡ ਵੀ। ਇੱਕ ਵਾਰੀ ਜਿਹਨਾਂ ਨੂੰ ਢੋਲੇ ਦੀ ਖੇਡ ਵਧੀਆ ਲੱਗੀ, ਤਾੜੀਆਂ ਮਾਰ ਦਿਓ ਦਰਸ਼ਕ ਵੀਰੋ। ਇਹ ਵੀ ਮੁੰਡਾ ਬੱਲੇ ਬੱਲੇ ਕਰਵਾਉਂਦਾ ਹੈ, ਦੁਨੀਆ ਦੇ ਦਿਲ ਜਿੱਤਦਾ ਧਰਮਿੰਦਰ ਢੋਲਾ ਵੀ। ਔਰ ਅਗਲੀ ਰੇਡ, ਅਗਲੀ ਰੇਡ ਕੌਣ ਆ ਗਿਆ ਕਿ ਸਾਨੂੰ ਦੱਸਣਾ ਨਹੀਂ ਪੈਂਦਾ ਅਸੀਂ ਕੌਣ ਹੁੰਦੇ ਹਾਂ, ਸਾਨੂੰ ਦੱਸਣਾ ਨਹੀਂ ਪੈਂਦਾ ਅਸੀਂ ਕੌਣ ਹੁੰਦੇ ਹਾਂ। ਲੈ ਵੀ ਅਮਰੀਕ ਕੌਣ ਕਬੱਡੀ ਪਾ ਰਿਹਾ, ਕਰੀ ਗੱਲ ਯਾਰ। ਲਓ ਸੰਦੀਪ ਕਹਿੰਦੇ ਲੁੱਦਰ ਤੇ ਹੁਣ ਇਹ ਪੁੱਛ ਜੱਫਾ ਕੌਣ ਲਾ ਰਿਹਾ ਹੈ, ਰੁੜਕੇ ਵਾਲਾ ਸੋਹਣ ਹੈ, ਸੋਹਣ ਨੂੰ ਪਤਾ ਥੋੜਾ ਐਕਸ਼ਨ ਵੀ ਹੋਇਆ ਅਮਰੀਕ। ਲੁੱਦਰ ਨੇ ਉਂਗਲੀ ਵੀ ਖੜੀ ਕੀਤੀ ਟੇਢਾ ਜਿਹਾ ਹੋ ਕੇ, ਸੋਹਣ ਦੀ ਅੱਖਾਂ ਵਿੱਚ ਅੱਖਾਂ ਪਾ ਕੇ ਹੱਸਿਆ ਵੀ ਜ਼ਰੂਰ ਹੈ। ਇਹਨੂੰ ਕਹਿੰਦੇ ਵੀ ਸ਼ਰਾਰਤ ਵੀ ਹੋਈ ਹੈ, ਸਵਾਦ ਵੀ ਆਵੇਗਾ ਮੇਰੇ ਵੀਰੋ, ਐਕਸ਼ਨ ਐਂਟਰਟੇਨਮੈਂਟ ਵੀ ਹੋਣਾ ਚਾਹੀਦਾ, ਫਿਰ ਹੀ ਸਵਾਦ ਹੈ ਕਬੱਡੀ ਦਾ। ਆਓ 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 ਹੋ, ਵਾਹ ਢੋਲਕੀ, ਉਹ ਮੇਲਾ ਲੁੱਟ ਲਿਆ ਮੁੰਡਿਆ, ਉਹ ਪਾਰੇ ਪਾਰੇ ਜਾਵਾਂ, ਮੇਲਾ ਲੁੱਟ ਲਿਆ ਮੁੰਡਿਆ, ਮੇਲਾ ਲੁੱਟ ਲਿਆ ਮੁੰਡਿਆ, ਦੁਨੀਆ ਨੱਚਣ ਲਾ ਦਿੱਤੀ ਹੈ ਗੱਭਰੂ ਹੈ, ਮੇਲਾ ਲੁੱਟ ਲਿਆ ਮੁੰਡਿਆ। ਪਰ ਹਲੇ ਫੈਸਲਾ ਸਕਰੀਨ 'ਤੇ ਦੇਖੋ ਯਾਰ,
ਬੇਕਰ ਸਹਿ ਪੁਆਇੰਟ ਕਿਹਦਾ ਹੈ? ਕਹਿੰਦੇ ਨੰਬਰ ਮਨਜਿੰਦਰ ਢੋਲਕੀ ਦਾ ਮੇਰੇ ਵੀਰੋ, ਨੰਬਰ ਮਨਜਿੰਦਰ ਢੋਲਕੀ ਦਾ ਹੈ। ਦਰਸ਼ਕ ਵੀਰੋ ਅਮਰੀਕ ਇੱਕ ਇੱਕ ਮਿੰਟ, ਜੇ ਦਿਲੋਂ ਸਵਾਦ ਆਇਆ ਤੇ ਤਾੜੀ ਤਾਂ ਮਾਰਿਓ, ਨਹੀਂ ਨਾ ਮਾਰਿਓ। ਅਮਨ ਜਦੋਂ ਖੁਸ਼ੀ ਮਗਰ ਭੱਜਾ ਨਾ ਮਨਜਿੰਦਰ ਦੇ, ਮੈਂ ਪਹਿਲਾਂ ਕਹਿਣ ਲੱਗਾ ਸੀ ਹੁਣ ਬਚੀ, ਉਹ ਬੱਬਾ ਹੀ ਮੂੰਹ ਚੋਂ ਨਿਕਲਿਆ ਉਹਨੇ ਉਹਦੇ ਨੂੰ ਕਾਂਡ ਕਰਤਾ। ਲਓ ਫਿਰ ਕਹਿੰਦੇ ਕਬੱਡੀ ਪੈਣ ਲੱਗੀ ਹੈ, ਫਿਰ ਕਹਿੰਦੇ ਰੇੜੇ ਤਰ ਕਾਲੇ ਦੀ ਪੈਣ ਲੱਗੀ ਹੈ। ਚਾਰ ਜਾਫੀ ਹੈ ਮੇਰੇ ਮਿੱਤਰੋ, ਚਾਰਾਂ ਦੇ ਵਿੱਚੋਂ ਕੌਣ ਬੱਲੇ ਬੱਲੇ ਕਰਵਾਊ? ਉਧਰ ਕਹਿੰਦੇ ਕਾਲੇ ਨੇ ਬੱਬੂ ਨੂੰ ਪਤਾ ਨੀ ਕੀ ਕਹਿ ਪਾ, ਤੇ ਬੱਬੂ ਡਿੱਗਦਾ ਹੀ ਫਿਰਦਾ। ਨੰਬਰ ਕਹਿੰਦੇ ਰੇਡਰ ਹੈ, ਸੁੱਖੇ ਮੱਗੇ ਵੀ ਕਬੱਡੀ ਪੈਣ ਲੱਗੀ ਹੈ। ਇਹ ਆ ਜੋੜੇ ਸਿੰਘਾਂ ਵਾਲਾ ਹੈ ਜਿਹਨੇ ਵੱਧ ਕੇ ਕਬੱਡੀ ਪਾਈ ਹੈ। ਚਾਰ ਜਾਫੀ ਹੈ ਦਿਸ਼ਾ ਲੋਵਾਲ ਢੇਰੀਆਂ ਵਾਲਾ, ਨਾਲ ਕਹਿੰਦੇ ਬਿੱਲਾ, ਨਾਲ ਸੱਤੀ ਹੈ। ਲਓ ਸੱਤੀ ਸੱਤੀ ਸੱਤੀ, ਲਿਸ਼ਕਾਰੇ ਵਾਲੀ ਨਹੀਂ ਇਹ, ਦਿੜਬੇ ਵਾਲਾ ਨਹੀਂ ਇਹ, ਸਮਾਓ ਵਾਲਾ ਸੱਤੀ ਹੈ। ਲਓ ਸੱਤੀ ਨੇ ਕਹਿੰਦੇ ਟਰਾਈ ਕੀਤੀ ਹੈ। ਲੈ ਅਮਣਿਆ ਸੁਖਬੀਰ ਫੇਰ ਆ ਗਿਆ, ਇਹ ਆ ਲੰਬੀ ਪਾਰੀ ਦਾ ਘੋੜਾ ਮੇਰੇ ਵੀਰੋ। ਪਿਛਲੇ 20-21 ਸਾਲਾਂ ਤੋਂ ਕਬੱਡੀ ਖੇਡਦਾ ਆ ਰਿਹਾ ਆ ਖਿਡਾਰੀ, ਸਰਾਵਾਂ ਦੀ ਧਰਤੀ ਦਾ ਸੁਖਬੀਰ। ਲੰਬੀ ਰੇਸ ਦੇ ਆ ਘੋੜਿਆਂ 'ਚ ਜਾਣੇ ਜਾਂਦੇ ਹੈ ਕਿ ਸਾਨੂੰ ਸਿਹਤ ਨਾਲ ਪ੍ਰੀਤਾਂ ਫਿੱਟ ਰੱਖੀਏ, ਤਵੀਤਾਂ ਗੇਮਾਂ ਸਾਰੀਆਂ ਦੇ ਜਾਣਦੇ ਆ ਦਾ। ਅੱਜ ਤੱਕ ਮਿੱਤਰਾਂ ਨੇ ਕਦੇ ਕੀਤੀ ਨਹੀਂ ਕਿਸੇ ਦੀ ਪਰਵਾਹ। ਇਹਨੂੰ ਸਟੀਲ ਬਾਡੀ ਵੀ ਕਹਿੰਦੇ ਹੈ, ਇਹਨੂੰ ਮਸਤ ਖਿਡਾਰੀ ਵੀ ਕਹਿੰਦੇ ਹੈ। ਇੱਕ ਵਾਰੀ ਲੁੜਕੀ ਵਾਲੇ ਸੋਹਣ ਦੇ ਨਾਂ ਤੇ ਤਾੜੀ ਮਾਰ ਦਿਓ ਦਰਸ਼ਕ ਵੀਰੋ, ਲੁੜਕੀ ਵਾਲੇ ਸੋਹਣ ਦੇ ਨਾਂ ਤੇ ਤਾੜੀ ਮਾਰ ਦਿਓ। ਮੈਨੂੰ ਲੱਗਦਾ ਆਪਣੇ ਸੰਦੀਪ ਲੁੱਦਰ ਵਾਲਾ ਜੱਫਾ ਸੋਹਣ ਨੇ ਸੁਖਬੀਰ ਤੇ ਕੱਢਿਆ। ਲੈ ਵੀ ਸੁਖਬੀਰ ਦੁਨੀਆ ਅੱਜ ਵੀ ਬੜਾ ਪਿਆਰ ਕਰਦੀ ਹੈ। ਸੁਖਬੀਰ ਕਹਿੰਦਾ ਹੁੰਦਾ ਉਹਨਾਂ ਟਾਈਮਾਂ 'ਚ ਬੱਲੇ ਬੱਲੇ ਕਰਾਈ ਹੈ, ਜਦੋਂ ਨਿੱਕੇ ਨਿੱਕੇ ਬੱਚੇ ਥੋਡੇ ਵਰਗੇ ਬੱਸ ਨੂੰ ਪੀ ਕਹਿੰਦੇ ਹੁੰਦੇ ਸੀਗੇ। ਲਓ ਇੱਧਰ ਕਹਿੰਦੇ ਕਬੱਡੀ ਢੋਲਾ ਹੋ ਸਵਾਬ ਪੱਖਰਾ, ਕਬੱਡੀ ਕਬੱਡੀ ਕਬੱਡੀ। ਜੀਤ ਨੇ ਟਰਾਈ ਕੀਤੀ ਹੈ, ਇਹ ਵੀ ਬਠਿੰਡੇ ਤੋਂ ਚੱਲ ਕੇ ਆਇਆ ਹੈ। ਕਹਿੰਦੇ ਇੱਕ ਵੱਖਰਾ ਜਿਹਾ ਪਿੰਡ ਹੈ ਕੋਟਲੀ, ਬਠਿੰਡੇ ਤੋਂ 25 ਕਿਲੋਮੀਟਰ ਹੈ, ਮਾਨਸਾ ਤੋਂ 10 ਹੈ। ਇਹਨੂੰ ਪੁੱਛਿਆ ਜ਼ਿਲ੍ਹਾ ਕਿਹੜਾ, ਕਹਿੰਦਾ ਬਠਿੰਡਾ, ਕਿਉਂਕਿ ਕਹਿੰਦਾ ਜੇ ਮਾਨਸਾ ਹੁੰਦਾ ਤਾਂ 10 ਕਿਲੋਮੀਟਰ ਹੈ, ਬਠਿੰਡਾ ਕਹਿੰਦਾ 25 ਕਿਲੋਮੀਟਰ ਹੈ, ਪਰ ਜ਼ਿਲ੍ਹਾ ਮੇਰਾ ਬਠਿੰਡਾ ਹੀ ਹੈ। ਲੁੱਦਰ ਰੇਡ ਪਾਉਣ ਦੇ ਲਈ ਵਧਿਆ ਹੋਇਆ, ਉੱਧਰ ਕਹਿੰਦੇ ਚਾਰ ਤੇ ਜੰਮੇ ਨੇ ਟਰਾਈ ਕੀਤੀ ਹੈ, ਜੰਮੇ ਨੇ ਟਰਾਈ ਕੀਤੀ, ਜੰਮੇ ਨੇ ਟਰਾਈ ਕੀਤੀ ਹੈ। ਪਤਾ ਨਹੀਂ ਪਿੰਡ 'ਚ ਕੀ ਭਰਿਆ, ਜਾਫੀ ਵੱਜ ਵੱਜ ਕੇ ਆਪ ਪਿੱਛੇ ਮੁੜਦੇ ਹੈ, ਜਾਫੀ ਵੱਜ ਵੱਜ ਕੇ ਆਪ ਪਿੱਛੇ ਮੁੜਦੇ ਹੈ। ਇੱਧਰ ਕਹਿੰਦੇ ਮਨਜਿੰਦਰ ਸੀਚੇ ਵਾਲੀਆ ਕਬੱਡੀ ਭਾ ਰਿਹਾ, ਉੱਧਰ ਦੁੱਗਿਆਂ ਵਾਲਾ ਤਿਆਰ ਹੈ, ਨਾਲ ਦੀਸ਼ਾ ਹੈ, ਚਿਰਾਗਦੀਨ ਹੈ, ਤੇ ਕੋਟਲੀ ਵਾਲਾ ਕਹਿੰਦੇ ਉੱਚੇ ਕੱਬ 'ਚ ਦੂਰੋਂ ਵੀ ਬੈ। ਲਓ ਤੁਗ 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 ਲਓ ਲਓ ਸਾਹਮਣੇ, ਵਾਹ ਵਾਹ ਓਏ ਸੀਚੇ ਵਾਲੀ ਹੈ, ਐਨ ਪੂਰਾ ਜ਼ੋਰ ਲਾਇਆ। ਕੈਲੀਫੋਰਨੀਆ ਈਗਲ ਦੀ ਟੀਮ ਦਾ ਇੱਕ ਕਪਤਾਨ ਵੀ ਹੈ ਮੁੰਡਾ, ਹੈ ਬੋਲਾ ਜੀ ਕੋਚ ਸਾਹਿਬ ਨੇ ਉਸ ਟੀਮ ਦੇ, ਕਹਿੰਦੇ ਵੀ ਕਪਤਾਨ ਹੈ ਸਾਡੀ ਟੀਮ ਦਾ। ਔਰ ਸਾਹਮਣੇ ਅਗਲੀ ਰੇਡ ਨੌਜਵਾਨ ਨੇ ਕਹਿੰਦੇ ਕਾਲੇ ਨੇ ਪਾ ਦਿੱਤੀ ਹੈ। ਲੈ ਵੀ ਬੱਗਿਆਂ ਵਾਲਿਆ ਦੁਨੀਆ ਜੱਫਾ ਦੇਖਣਾ ਚਾਹੁੰਦੀ ਹੈ, ਬੱਗੇ ਪਿੰਡ ਵਾਲੇ ਮੰਗਤ ਸਿੰਘ ਦਾ ਹੈ, ਸਵਰਗਵਾਸੀ ਗੁਰਮੇਲ ਸਿੰਘ ਸੰਘੇ ਦੇ ਪੁੱਤਰ ਦਾ ਹੈ, ਔਰ ਨਾਲ ਜੰਮੂ ਵੀ ਤਿਆਰ ਹੈ, ਨਾਲ ਬੱਬੂ ਵੀ ਤਿਆਰ ਹੈ। ਲਓ ਸਾਹਮਣੇ ਪਈ ਰੇਡ ਤੇ ਜੱਸੇ ਦੀ ਕੋਸ਼ਿਸ਼ ਤੇ ਨੰਬਰ ਜਿਹੜਾ ਹੈ, ਇਸ ਲਈ ਕਾਲਾ ਧੁਰ ਕੋਟੀ ਹੈ ਆਪਣੀ ਟੀਮ ਦੇ ਲਈ ਜੋੜਦਾ ਹੋਇਆ। ਸਕੋਰਾਂ ਵੱਲ ਨਿਗਾਹ ਮਾਰੀਏ, ਸਾਡੇ 26-26 ਮੇਰੇ ਵੀਰੋ, 26-13 ਦੋਣਾ 26 ਹੈ ਤੇ 26 ਰਹਿਣ ਦੇ, ਸਾਡੀ ਜਿੱਥੇ ਲੱਗੀ ਹੈ ਤੇ ਲੱਗੀ ਰਹਿਣ ਦੇ। ਲੋਕੀ ਕਹਿੰਦੇ ਠੱਗੀ ਹੈ ਤੇ ਠੱਗੀ ਰਹਿਣ ਦੇ, ਸਾਡੀ ਜਿੱਥੇ ਲੱਗੀ ਹੈ ਤੇ ਲੱਗੀ ਰਹਿਣ ਦੇ, ਸਾਡੀ ਜਿੰਦ ਜਾਨ ਕਬੱਡੀ ਹੈ ਤੇ ਕਬੱਡੀ ਰਹਿਣ ਦੇ, ਸਾਡੀ ਜਿੰਦ ਜਾਨ ਕਬੱਡੀ ਹੈ ਤੇ ਕਬੱਡੀ ਰਹਿਣ ਦੇ। ਲਓ ਸੁਖਵੀਰ 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 ਮੇਰੇ ਵੀਰੋ, ਮੰਗੀ ਕਹਿੰਦਾ ਮੈਨੂੰ ਟੱਚ ਹੋ ਗਿਆ, ਇਹ ਸੱਚੀ ਬੋਲੀ ਬੋਲੀ ਹੈ ਵੀ ਮੈਨੂੰ ਟੱਚ ਹੋ ਗਿਆ, ਔਰ ਨੰਬਰ ਸੁਖਵੀਰ ਦਾ ਹੈ। ਅਗਲੀ ਰੇਡ ਹੁਣ 27-27 ਨੰਬਰ ਹੋ ਗਿਆ, ਹੁਣ ਢੋਲਾ ਆ ਗਿਆ, ਗੱਲ ਅਮਰੀਕ ਕਰੇਗਾ। ਲਓ ਢੋਲਾ ਕਹਿੰਦੇ ਕਬੱਡੀ ਪਾਉਣ ਦੇ ਲਈ ਵਧਿਆ ਆਇਆ। ਉਧਰ ਚਿੱਟੀ ਵਾਲਾ ਪਹਿਲਾਂ ਟੀਮ 'ਚ ਖੇਡ ਗਿਆ, ਹੁਣ ਬਾਹਰ ਬੈਠਾ,
ਇਹਦੀ ਦੁਨੀਆ ਦੀਵਾਨੀ ਹੈ। ਜਦੋਂ ਲੀਗ ਤੇ ਬੋਲੀਏ ਹੈੱਡਫੋਨ ਲੱਗੇ ਹੁੰਦੇ ਆ ਤੇ ਜੱਗਿਆ ਤੇਰੇ ਬਾਰੇ ਪੀਟੀਸੀ ਦਾ ਡਾਇਰੈਕਟਰ ਪਤਾ ਕੀ ਕਹਿੰਦਾ, ਆਪ ਜੱਗੇ ਕੇ ਬਾਰੇ ਮੇਂ ਬੋਲੋ, ਕਿਉਂਕਿ ਜੱਗੇ ਨੂੰ ਬੜਾ ਦੁਨੀਆ ਪਿਆਰ ਕਰਦੀ ਹੈ। ਇੱਕ ਕੰਨਾਂ 'ਚ ਇਹੀ ਆਵਾਜ਼ ਪੈਂਦੀ ਕਿ ਆਪ ਜੱਗੇ ਕੇ ਬਾਰੇ ਮੇਂ ਬੋਲੋ, ਕਿਉਂਕਿ ਜੱਗਾ ਕਹਿੰਦੇ ਟੌਪ ਜਾਫੀਆਂ ਦੇ ਵਿੱਚ ਆ ਰਿਹਾ। ਉੱਧਰ ਮਹਿਮਦ ਵਾਲੀ ਆ ਜੋਤਾ ਪਹਿਲੇ ਨੰਬਰ 'ਤੇ ਰੇਡਰ ਹੈ। ਜਦੋਂ ਜੱਗੇ ਨੂੰ ਪੁੱਛਿਆ ਨਾ, ਕਹਿੰਦਾ ਉਸਤਾਦ ਦਾ ਮੈਂ ਧੰਨਵਾਦ ਕਰਦਾ, ਉਸਤਾਦ ਕੌਣ ਹੈ ਉਹ ਦੱਸਣਾ ਨਹੀਂ ਪੈਂਦਾ ਵੀ ਮੰਗੀ ਹੈ। ਇੱਧਰ ਲੋਤਰ ਦੀ ਰੇਡ ਪੈ ਰਹੀ ਹੈ, ਉੱਧਰ ਜੰਮੇ ਵਰਗੇ, ਪੱਪੂ ਵਰਗੇ, ਸੋਣ ਵਰਗੇ, ਵੱਡੇ ਮਾਲਾ ਕਹਿੰਦੇ ਮੰਗੀ ਵਰਗੇ ਲੋਤਰ ਕਿ ਜੱਟ ਦੀ ਕਲਿੱਪ ਵੀ ਨਿਊਜ਼ ਬਣਦੀ। ਹੁਣ ਨਿਊਜ਼ ਬਣੇਗੀ ਬਣੇਗੀ, ਜੱਟ ਦੀ ਕਲਿੱਪ ਵੀ ਨਿਊਜ਼ ਬਣਦੀ ਬਣਦੀ ਹੈ ਬਣਦੀ ਹੈ ਮੇਰੇ ਵੀਰੋ। ਇਸ ਵੇਲੇ ਨੰਬਰ 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 ਏ ਲੁੱਦਰ ਲੁੱਦਰ 28 28 ਬੜੀ ਹੈ ਚੜ੍ਹਾਈ, 28 28 ਬੜੀ ਹੈ ਚੜ੍ਹਾਈ, ਇਸ ਮੈਚ ਦੀ ਬੜੀ ਚੜ੍ਹਾਈ ਹੈ ਮੇਰੇ ਵੀਰੋ। ਨੰਬਰ 28 28 ਹੈ, ਪਹਿਲਾਂ 26 26 ਸੀਗੇ ਤੇ ਹੁਣ 28 28 ਲਓ ਆ ਵੇਖੋ ਕੀ ਬਣ ਗਿਆ ਮੇਰੇ ਵੀਰੋ। ਰੇਡਰ ਕਾਹਦਾ, ਦੋ ਬੰਦੇ ਪੁੱਠੇ ਕਰਕੇ ਸਿੱਟ ਗਿਆ ਮੇਰੇ ਵੀਰੋ। ਰੇਡਰ ਕਾਹਦਾ ਹੈ, ਦੋ ਖਿਡਾਰੀਆਂ ਨੂੰ ਪੁੱਠੇ ਕਰਕੇ ਸਿੱਟ ਗਿਆ। ਨਾ ਤੇ ਉਹਨੇ ਬੜਾ ਜ਼ੋਰ ਹੀ ਲਾਇਆ, ਪਰ ਐਕਸ਼ਨ ਜੋ ਟੱਚ ਮਾਰਿਆ ਔਰ ਉਹਦੇ ਪੈਰਾਂ ਦੀ ਫੁਰਤੀ ਸੀਗੀ, ਗੱਲ ਕਮਾਲ ਕਰ ਗਈ ਹੈ। ਹੁਣ ਵੇਖਦਾ ਵੀ 28 28 29 ਹੋ ਗਿਆ। ਲੈ ਵੀ ਖੋਸਿਆਂ ਵਾਲਿਆ, ਗੱਲ ਜਮੇ ਟਿਕਾਣੇ ਲੱਗ ਗਈ ਹੈ। ਲਓ ਕਹਿੰਦੇ ਕਾਲਾ ਕਬੱਡੀ ਪਾ ਰਿਹਾ ਤੇ ਸਕਰੀਨ ਤੇ ਦੇਖ ਕੇ ਨਾ ਦਿਲ ਧੱਕ 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 ਕਰਦਾ ਹੈ। ਇੱਧਰ ਕਹਿੰਦੇ ਕਾਲੇ ਦੀ ਕਬੱਡੀ ਪੈ ਰਹੀ ਹੈ। ਲਓ ਸਾਹਮਣੇ ਰੁੜਕੀ ਵਾਲੇ ਸੋਹਣ ਨੇ ਟਰਾਈ ਕੀਤੀ ਹੈ ਤੇ ਨੰਬਰ ਜਿਹੜਾ ਰੇਡਰ ਦੇ ਹਿੱਸੇ ਜੁੜਦਾ ਹੋਇਆ ਹੈ ਉਹ ਢੋਲਕੀ ਆ ਗਿਆ ਤੇ ਖੁਸ਼ੀ ਵੀ ਅਮਰੀਕ ਕਹਿੰਦਾ ਵੀ ਨੰਬਰ ਸਕਰੀਨ ਤੇ ਦੇਖ ਕੇ ਦਿਲ ਧੱਕ ਧੱਕ ਕਰਦਾ, ਪਰ ਜਿਹੜਾ ਲਾਈਵ ਦੇਖ ਰਿਹਾ ਹੋ ਹਰ ਇੱਕ ਦਰਸ਼ਕ ਅੱਤ 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 ਕਰਦਾ ਮੇਰੇ ਵੀਰੋ, ਅੱਤ ਅੱਤ ਕਰਦਾ। ਲਓ ਹੁਣ ਅੱਤ ਹੋਣ ਲੱਗੀ ਹੈ, ਹੁਣ ਅੱਤ ਦਾ ਵੀ ਸਿਰਾ ਹੋਣ ਲੱਗਿਆ, ਹੁਣ ਗੱਲ ਟਿਕਾਣੇ ਲੱਗਣ ਲੱਗੀ ਹੈ, ਗੱਲ ਟਿਕਾਣੇ ਲੱਗਣ ਲੱਗੀ ਹੈ ਮੇਰੇ ਵੀਰੋ, ਗੱਲ ਟਿਕਾਣੇ ਲੱਗਣ ਲੱਗੀ ਹੈ। ਨੰਬਰ ਮਨਜਿੰਦਰ ਸਿੰਘ ਦਾ ਉਹ ਢੋਲਕੀ ਦੀ ਖੇਡ ਬਾਰੇ ਕੀ ਖਿਆਲ ਆ ਮਾਝੇ ਵਾਲਿਓ, ਬਾਈਆਂ ਨੇ ਕਹਿੰਦੇ ਸੀਟੀਆਂ ਮਾਰੀਆਂ, ਕਈਆਂ ਨੇ ਲਲਕਾਰੇ ਮਾਰੇ ਹੈ, ਕਈਆਂ ਨੇ ਤਾੜੀਆਂ ਮਾਰੀਆਂ, ਪਰ ਕੌਡੀ ਸੁਖਵੀਰ ਪਾ ਰਿਹਾ ਕਬੱਡੀ, ਸੁਖਵੀਰ ਪਾ ਰਿਹਾ ਇੱਥੇ ਥਾੜ ਥਾੜ ਹੋ ਰਹੀ ਹੈ। ਪਦਮ ਸਾਊਂਡ ਦਾ ਵੀ ਧੰਨਵਾਦ ਹੈ, ਆਵਾਜ਼ ਕਹਿੰਦੇ ਆਸ ਪਾਸ ਦੀਆਂ ਪਿੰਡਾਂ ਦੀਆਂ ਗਲੀਆਂ 'ਚ ਥਾੜ ਥਾੜ ਵੱਜਦੀ ਹੈ। ਇੱਕ ਇੱਕ ਰੇਡ ਤੇ ਨੰਬਰ 30 30 30 ਇੱਕ ਇੱਕ ਰੇਡ ਤੇ ਨੰਬਰ 30 30 30 ਹੁਣ ਵੇਖਦੇ ਆ ਵੀ ਕਿਹਦੀ ਵੱਜਦੀ ਹੈ ਟੀ ਟੀ ਟੀ। ਲਓ ਸਾਹਮਣੇ ਇਸ ਵੇਲੇ ਕਹਿੰਦੇ ਸੁੱਖੇ ਦੀ ਰੇਡ, ਸੁੱਖੇ ਦੀ ਰੇਡ, ਸੁੱਖੇ ਦੀ ਰੇਡ, ਦਿੜਵੇ ਵਾਲਾ ਦੁਨੀਆਂ ਨੱਚ ਆ ਗਿਆ, ਦਿੜਵੇ ਵਾਲਾ ਸਿਰਾ ਲਾ ਗਿਆ, ਦਿੜਵੇ ਵਾਲਾ ਦੁਨੀਆਂ ਨੱਚ ਆ ਗਿਆ, ਦਿੜਵੇ ਵਾਲਾ ਸਿਰਾ ਲਾ ਗਿਆ, ਦਿੜਵੇ ਵਾਲਾ ਸਿਰਾ ਲਾ ਗਿਆ। ਜਿਵੇਂ ਇਹਨੂੰ ਕਹਿੰਦੇ ਪੁੱਤ ਜੱਟਾਂ ਦੀ ਫਿਲਮ 'ਚ ਮੁੱਢ ਤੇ ਗੁੱਗੂ ਗਿੱਲ ਕਹਿੰਦਾ ਨਾ ਮਾੜਾ ਜਿਹਾ ਸੀ ਨਾ ਸਾਡੇ ਕਾਲੂ ਨੇ ਭਾਜੀ ਮੋੜਤੀ, ਖੁਸ਼ੀ ਨੇ ਆਖਿਆ ਵੀ ਕਮਾਲ ਕਰ ਦਿੱਤੀ ਹੈ ਕਮਾਲ ਕਰ ਦਿੱਤੀ ਹੈ। ਹੁਣ ਸੋਚਦੇ ਆ ਵੀ ਹੁਣ ਕੀ ਹੈ। ਲੈ ਵੀ ਕਾਲਿਆ ਚੱਲ ਕਾਲਿਆ ਧੂਰਕੁੰਡ ਪਿੰਡ ਵਾਲਿਆ ਲਾਸਟ ਰੇਡ ਪਾਵੇ ਮਿੱਤਰਾ, ਪਰ ਰੁੜਕੀ ਵਾਲੇ ਨੇ ਮੱਥਾ ਟੇਕਦਾ ਬਾਈ ਟੀਮ ਜਿਹੜੀ ਮਰਜ਼ੀ ਜਿੱਤ ਗਈ ਹੈ, ਇੱਕ ਅੱਧੇ ਨੰਬਰ 'ਤੇ ਫੈਸਲਾ ਹੋਇਆ ਇਹਨੂੰ ਕਬੱਡੀ ਕਹਿੰਦੇ ਆ। ਜੇ ਦਿਲ ਖੁਸ਼ ਹੋਇਆ, ਦਿਲ ਗਾਰਡਨ ਗਾਰਡਨ ਹੋਇਆ ਤੇ ਫਿਰ ਤਾੜੀ ਬਣਦੀ ਹੈ। ਦੋਸਤੋ ਮੈਚ ਤੁਸੀਂ ਦੇਖ ਲਿਆ, ਮੈਚ ਤੁਹਾਨੂੰ ਕਿਹੋ ਜਿਹਾ ਲੱਗਿਆ ਕਮੈਂਟ ਬਾਕਸ 'ਚ ਜ਼ਰੂਰ ਲਿਖਣਾ, ਨਾਲ ਹੀ ਇਹ ਵੀ ਦੱਸੋ ਕਿ ਕਿਹੜਾ ਫੇਵਰੇਟ ਖਿਡਾਰੀ ਹੈ ਤੁਹਾਡਾ ਜਿਹੜਾ ਇਸ ਮੈਚ ਦੇ ਵਿੱਚ ਖੇਡਿਆ। ਇਸ ਤਰ੍ਹਾਂ ਦੇ ਹੋਰ ਵੀ ਬਹੁਤ ਸਾਰੇ ਮੈਚ ਸਾਡੇ ਯੂਟਿਊਬ ਚੈਨਲ 'ਤੇ ਅਵੇਲੇਬਲ ਨੇ, ਜਿਨ੍ਹਾਂ ਨੂੰ ਤੁਸੀਂ ਦੇਖ ਸਕਦੇ ਹੋ। ਸਾਡੇ ਨਾਲ ਇਸੇ ਤਰ੍ਹਾਂ ਜੁੜਦੇ ਰਹੋ ਔਰ ਸਾਡੀਆਂ ਨਾਲ ਵੀਡੀਓ ਨੂੰ ਲਾਈਕ ਔਰ ਸ਼ੇਅਰ ਕਰਦੇ ਰਹੋ। ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ।